ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਜੀ ਦਾ ਕਮੈਂਟ ਆਇਆ ਸੀ ਕਿ ਬੱਚੇ ਦਾ 12 ਸਾਲ ਦਾ ਬੱਚਾ ਉਹਦਾ ਆਪਾਂ ਨੇ ਇੱਕ ਸ਼ਹਿਰਾ ਸਿਆਉਣਾ ਠੀਕ ਆ ਤੇ ਹੁਣ ਆਪਾਂ ਨੂੰ ਬੱਚੇ ਦਾ ਜੇ ਆਪਣੇ ਕੋਲ ਨਾਪ ਵੀ ਨਹੀਂ ਹੈਗਾ ਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਬੱਚੇ ਦੀ ਮੂਰੀ ਦੱਸੋ ਆਪਾਂ ਕਿੰਨੀ ਰੱਖਣੀ ਹੈ ਠੀਕ ਆ ਉਹ ਬਾ ਮੂਰੀ ਨਾਪ ਲੈਣੀ ਆ ਪੱਟ ਨਾਪ ਲੈਣਾ ਬੱਚੇ ਦਾ ਵੀ ਆਪਾਂ ਨੇ ਕਿੰਨੀ ਮੂਰੀ ਰੱਖਣੀ ਹੈ ਠੀਕ ਆ ਤੇ ਜਿਹੜੇ ਹਿਸਾਬ ਨਾਲ ਮੈਂ 12 ਚੌਥੂ ਲੈ ਕੇ 14 15 ਸਾਲ ਦੇ ਬੱਚਿਆਂ ਦੀ ਕਸ਼ਹਰੇ ਸਿਉਣੀ ਆ ਉਹਨਾਂ ਦੀਆਂ ਮੈਂ 11 ਇੰਚ ਮੂਰੀ ਰੱਖਦੀ ਆ 11 ਇੰਚ ਖੁੱਲੀ-ਰੁੱਲੀ ਰੱਖ ਦਿੰਨੀ ਹੁੰਦੀ ਆ 11 ਇੰਚ ਮੂਰੀ ਰੱਖਦੀ ਆ ਐਦਾਂ ਵਿਚਕਾਰ ਇੱਥੇ ਸੈਂਟਰ 'ਚ ਸਾਢੇ 7 ਜਾਂ 8 ਇੰਚ ਸੈਂਟਰ 'ਚੋਂ ਤੇ ਫਿਰ ਇਸ ਤੋਂ ਅੱਗੇ 11 ਇੰਚ ਮੂਰੀ ਇਹ ਆਪਣੇ 15 15 ਸਾਲ ਤੱਕ ਬੱਚੇ ਦੇ ਇਹ ਵਾਲਾ ਨਾਪ ਆ ਜਾਂਦਾ ਠੀਕ ਆ ਜੇਕਰ ਤੁਸੀਂ ਇਸ ਤੋਂ ਵੀ ਛੋਟਾ ਬੱਚਾ ਪਤਲਾ ਜਿਹਾ ਬੱਚਾ ਵਾ ਫਿਰ ਤੁਸੀਂ 10 ਇੰਚ ਵੀ ਮੂਰੀ ਰੱਖ ਸਕਦੇ ਹੋ ਠੀਕ ਆ ਜੇਕਰ 7 ਇੰਚ ਰੱਖ ਲਓ ਆਹ ਵਾਲਾ ਮੇਰਾ 8 ਇੰਚ ਆਹ 7 ਇੰਚ ਰੱਖ ਲਓ ਸੈਂਟਰ 'ਚ ਤੇ 10 ਇੰਚ ਤੁਸੀਂ ਮੂਰੀ ਰੱਖ ਲਓ ਠੀਕ ਆ ਜਦੋਂ ਆਪਣਾ ਇਦਾਂ ਦਾ ਨਾਪ ਆਪਾਂ ਨੇ ਸਿਰਫ ਆਪਦੀ ਮੂਰੀ ਹੀ ਦੇਖਣੀ ਆ ਕਿੰਨੀ ਰੱਖਣੀ ਆ ਠੀਕ ਆ ਜੇ ਕੋਈ ਭਾਰੀ ਨਾਪ ਆ ਤਾਂ ਆਪਾਂ ਮੂਰੀ ਜ਼ਿਆਦਾ ਰੱਖ ਸਕਦੇ ਹਾਂ 12 ਇੰਚ ਵੀ ਰੱਖ ਸਕਦੇ ਹਾਂ ਤੇ ਫਿਰ ਆਪਾਂ ਕੱਪੜਾ ਐ ਸਲੋਟ ਨੂੰ ਕਿੰਨਾ ਲੈਣਾ ਵਾ ਉਹ ਆਪਾਂ ਹੁਣ ਇੱਥੋਂ ਹਿਸਾਬ ਲਾਵਾਂਗੇ ਜੇ ਤਾਂ ਆਪਣੀ 11 ਇੰਚ ਮੂਰੀ ਰੱਖਣੀ ਆ ਤਾਂ 11 11 2 ਦੋਨੇ ਮੂਰੀਆਂ 22 ਇੰਚ ਤੇ 8 ਇੰਚ ਆਪਣਾ ਸੈਂਟਰ ਚੋਂ ਠੀਕ ਆ 30 ਇੰਚ ਹੋ ਗਿਆ ਤੇ ਆਪਣਾ ਇੱਥੋਂ ਇਧਰ ਨੂੰ 30 ਇੰਚ ਕਸ਼ਹਿਰਾ ਬਣ ਜਾਊਗਾ ਠੀਕ ਆ ਐ ਸਲੋਟ ਨੂੰ ਇਧਰ ਨੂੰ ਆਪਣਾ 30 ਇੰਚ ਬਣ ਜੂ ਤੇ 11 11 ਇੰਚ ਆਪਣੀਆਂ ਮੂਰੀਆਂ ਲੱਗ ਜਾਣਗੀਆਂ ਸੈਂਟਰ ਦੇ ਵਿੱਚ ਆਪਣਾ 8 ਇੰਚ ਬਚ ਜੂਗਾ ਠੀਕ ਆ ਤੇ ਜੇਕਰ ਆਪਾਂ 10 10 ਇੰਚ ਮੂਰੀ ਰੱਖਣੀ ਆ ਤਾਂ 10 10 20 ਇੰਚ ਇਹ ਹੋ ਗਿਆ ਤੇ 7 ਇੰਚ ਸੈਂਟਰ ਚ ਹੋ ਗਿਆ ਤੇ 27 ਇੰਚ ਫਿਰ ਆਪਾਂ ਇਧਰ ਨੂੰ ਰੱਖਾਂਗੇ ਕਸ਼ੇਰੇ ਦੀ ਇਧਰ ਨੂੰ ਲੰਬਾਈ 27 ਇੰਚ ਰੱਖਾਂਗੇ ਠੀਕ ਆ ਤੇ ਜੇਕਰ ਆਪਾਂ 10 ਇੰਚ ਰੱਖਣੀ ਹੈ ਜੇ 12 ਇੰਚ ਰੱਖਣੀ ਹੈ ਹੁਣ ਤੁਸੀਂ ਆਪੇ ਹੀ ਹਿਸਾਬ ਲਾ ਲੈਣਾ ਠੀਕ ਹੈ ਜਿੰਨੀ ਵੀ ਰੱਖਣੀ ਆਪਾਂ ਨੂੰ ਆਹ ਮੂਰੀਆਂ ਤੋਂ ਹਿਸਾਬ ਆ ਜਾਣਾ ਸੈਂਟਰ ਦੇ ਵਿੱਚ ਜੇ ਤਾਂ 10 ਇੰਚ ਰੱਖਣੀ ਹੈ ਫਿਰ ਤਾਂ 7 ਤੱਕ ਵੀ ਬੜਾ ਛੋਟਾ ਬੱਚਾ ਹੋਊਗਾ ਫਿਰ ਤਾਂ ਸੈਂਟਰ 'ਚ 7 ਇੰਚ ਵਾਧੂਗਾ ਤੇ ਜੇ 11 11 ਇੰਚ ਰੱਖਣੀਆਂ ਨੇ ਇਹਦੇ ਮੈਂ ਬੱਚਿਆਂ ਦੀਆਂ 12 ਸਾਲ ਤੋਂ ਲੈ ਕੇ 15 ਸਾਲ ਤੱਕ ਬੱਚਿਆਂ ਦੇ ਕਸ਼ੇਰੇ ਬਣਾਉਣੀ ਆ ਉਹਨਾਂ ਦੀਆਂ 11 11 ਇੰਚ ਮੂਰੀਆਂ ਕਰਕੇ ਸੈਂਟਰ 'ਚੋਂ 8 ਇੰਚ ਰੱਖ ਕੇ ਤੇ ਮੈਂ 30 30 ਇੰਚ ਇਧਰ ਨੂੰ ਲੈਣੀ ਆ ਤੇ ਇਧਰ ਨੂੰ 10 10 ਇੰਚੇ ਨੀਚੇ ਨੂੰ ਠੀਕ ਆ ਇਧਰ ਨੂੰ ਆਪਾਂ ਆਪਦੀ ਮਰਜ਼ੀ ਕਿੰਨਾ ਲੈਣਾ ਵਾ 10 11 ਇੰਚ ਇਧਰ ਨੂੰ ਨੀਚੇ ਨੂੰ ਲੰਬਾਈ ਠੀਕ ਆ ਤੇ ਮੈਂ ਇਹ ਦੱਸ ਦਿੰਨੀ ਆ ਮੈਂ ਤੁਹਾਨੂੰ ਜਦੋਂ ਬਾਕੀ ਮੈਂ ਤੁਹਾਨੂੰ ਕੱਪੜੇ ਤੇ ਦੱਸਦੀ ਆ ਫਿਰ ਮੈਂ ਸਾਰਾ ਪਹਿਲਾਂ ਮੈਂ ਤੁਹਾਨੂੰ ਇਹ ਦਾ ਮੀਜ਼ਰ ਮੀਜ਼ਰਮੈਂਟ ਦੱਸ ਦਿੰਨੀ ਆ ਤੇ ਆਪਾਂ ਨੇ ਸਿਰਫ ਮੂਰੀਆਂ ਦੇਖਣੀਆਂ ਨੇ ਤੇ ਸੈਂਟਰ ਦੇ ਵਿੱਚ ਆਪਾਂ ਨੇ 7 8 ਇੰਚ ਤਾਂ ਘੱਟ ਤੋਂ ਘੱਟ ਰੱਖਣਾ ਵਾ ਜਾਂ ਛੋਟਾ ਬੱਚਾ ਜਿੰਨਾ ਮਰਜੀ ਹੈ ਠੀਕ ਹੈ ਤੇ ਜੇਕਰ ਆਪਾਂ ਹੁਣ ਲੇਡੀਜ਼ ਕਸ਼ਹਰੇ ਸਿਉਂਨੇ ਆ ਫੇਰ ਵੀ ਆਪਣਾ 8 8.5 ਇੰਚ ਸੈਂਟਰ ਚੋਂ ਬਚਣਾ ਚਾਹੀਦਾ ਜੇ ਪਪਾਰੀ ਲੇਡੀਜ਼ ਦੇ ਕਸ਼ਹਰੇ ਸਿਉਂਨੇ ਆ ਤੇ ਫੇਰ ਆਪਾਂ ਨੂੰ ਸੈਂਟਰ ਦੇ ਵਿੱਚੋਂ 10 ਇੰਚ ਬਚ ਜਾਣਾ ਚਾਹੀਦਾ ਠੀਕ ਹੈ ਤੇ ਜੇਕਰ ਆਪਾਂ ਭਾਈਆਂ ਦੇ ਕਸ਼ਹਰੇ ਸਿਉਂਨੇ ਆ ਫੇਰ ਆਪਣਾ ਸੈਂਟਰ ਦੇ ਵਿੱਚੋਂ 14 13 14 ਇੰਚ ਜਾਂ 12 ਇੰਚ ਸੈਂਟਰ ਦੇ ਵਿੱਚੋਂ ਬਚਣਾ ਚਾਹੀਦਾ ਠੀਕ ਹੈ 12 14 ਇੰਚ ਆਪਣਾ ਸੈਂਟਰ ਚੋਂ ਬਚ ਲੈਣਾ ਚਾਹੀਦਾ ਵਾ ਠੀਕ ਆ 10 12 14 ਕੇ ਇੰਨਾ ਕ ਆਪਾਂ ਬਾਕੀ ਕਈ ਭਾਈ ਭਾਰੇ ਵੱਡੇ ਵੱਡੇ ਕਿਸ਼ਾਰੇ ਪਾਉਂਦੇ ਨੇ ਕਈ ਪਾਉਂਦੇ ਹੀ ਸਿੰਪਲ ਨੇ ਉਹ ਆਪਾਂ ਐਸਾ ਹਿਸਾਬ ਦੇ ਨਾਲ ਸੈਂਟਰ ਚ ਰੱਖ ਲੈਣਾ ਜਿੰਨੀਆਂ ਮੂਰੀਆਂ ਰੱਖਣੀਆਂ ਨੇ ਆਪਾਂ ਨੇ ਮੂਰੀਆਂ ਦਾ ਹਿਸਾਬ ਲਾ ਲੈਣਾ ਠੀਕ ਆ ਇਹ ਹੋ ਗਿਆ ਹੁਣ ਆਪਾਂ ਇਹਦਾ ਹਿਸਾਬ ਤਾਂ ਪੂਰਾ ਲਾ ਲਾਂਗੇ ਵੀ ਹੁਣ ਆਪਾਂ 11 ਇੰਚ ਮੂਰੀਆਂ ਰੱਖਣੀਆਂ ਨੇ ਤੇ ਆਪਾਂ ਨੂੰ 30 ਇੰਚ ਚਾਹੀਦਾ ਠੀਕ ਆ ਨਾ ਆਪਾਂ ਨੂੰ ਹੁਣ 30 ਇੰਚ ਐਸ ਲੋਟ ਨੂੰ ਚਾਹੀਦਾ ਇਧਰ ਨੂੰ 11 ਇੰਚ ਆਪਾਂ ਨੂੰ ਇਧਰ ਨੂੰ ਚਾਹੀਦਾ 10 ਇੰਚ ਲਾ ਲਓ 10 11 ਇੰਚ ਵਾਧੂਗਾ ਬੱਚੇ ਦਾ ਤੇ ਹੁਣ ਜਿਹੜਾ ਆਪਾਂ ਇਧਰ ਨੂੰ ਪੂਰਾ 30 ਇੰਚ ਰੱਖਣਾ ਆਪਾਂ ਜੇ ਹੁਣ ਆਪਾਂ ਰੱਖਾਂਗੇ ਪੂਰਾ ਪੂਰਾ ਨਾਪ ਰੱਖਾਂਗੇ ਤਾਂ ਉਹਨੇ ਜਾਂ ਘਟ ਜਾਣਾ ਜਾਂ ਵੱਧ ਜਾਣਾ ਆਪਾਂ ਕਿੰਨਾ ਰੱਖਾਂਗੇ ਠੀਕ ਆ ਜੇ ਹੁਣ ਆਪਾਂ 30 ਇੰਚ ਹੀ ਰੱਖਾਂਗੇ ਫਿਰ ਤਾਂ ਉਹਨੇ ਇਸ ਤੋਂ ਵੀ ਅੱਗੇ ਜ਼ਿਆਦਾ ਵੱਧ ਜਾਣਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਆਪਾਂ ਕੱਪੜਾ ਲੈਨੇ ਆ ਕੱਪੜੇ ਤੇ ਸਮਝਾਉਣੀ ਆ ਹੁਣ ਤੁਹਾਨੂੰ ਇੱਥੇ ਰੱਖ ਤਾਂ ਮੈਂ ਨਾਪ ਸਮਝਾਤਾ ਠੀਕ ਆ ਆ ਦੇਖ ਹੁਣ ਕੱਪੜਾ ਇਹ ਹੈਗਾ ਕਸ਼ੇਰਿਆਂ ਦਾ ਕੱਪੜਾ ਤੇ ਆ ਇਧਰ ਕੰਨੀਆਂ ਨੇ ਇਧਰੋਂ ਆਪਣਾ ਆਹ ਫੋਲਡ ਸਾਈਡ ਠੀਕ ਆ ਇਹ ਕਸ਼ਹਿਰਿਆਂ ਦਾ ਕਪੜਾ ਜੇ ਤੁਸੀਂ ਸਪੈਸ਼ਲ ਕਸ਼ਹਿਰਿਆਂ ਦਾ ਕਪੜਾ ਕਹਿ ਕੇ ਲਵੋਗੇ ਫਿਰ ਤੁਹਾਨੂੰ ਇਹ ਫੋਲਡ ਕਰਿਆ ਹੋਇਆ ਐਦਾਂ ਫੋਲਡ ਕਰਿਆ ਹੋਇਆ ਇਹ ਆਪਾਂ ਨੂੰ ਮਿਲੂਗਾ 17 ਜਾਂ 18 ਇੰਚ ਠੀਕ ਆ ਆ ਦੇਖੋ 17 16.5 17 18 ਇੰਚ ਇਹ ਫੋਲਡ ਕਰਿਆ ਹੋਇਆ ਆ ਦੇਖੋ ਇੱਥੋਂ ਤੇ ਰੱਖ ਕੇ ਫੋਲਡ ਕਰਿਆ ਹੋਇਆ ਆ ਆਪਾਂ ਜਦੋਂ ਇਹਨੂੰ ਮਿਣਾਗੇ 17 ਜਾਂ 17.5 18 ਬਸ ਇੰਨਾ ਕੀ ਹੀ ਆਪਾਂ ਨੂੰ ਪਨੇ ਦੇ ਵਿੱਚ ਕਸ਼ੈਰਿਆਂ ਦਾ ਕਪੜਾ ਮਿਲਦਾ ਠੀਕ ਆ ਤੇ ਇੱਕ ਰੇਸ਼ਮੀ ਜਿਹਾ ਕਪੜਾ ਹੁੰਦਾ ਤੇ ਉਹ ਵੀ ਕਿਸੇ ਸਪੈਸ਼ਲ ਕਸ਼ੈਰਿਆਂ ਦਾ ਕਪੜਾ ਹੀ ਹੁੰਦਾ ਵਾ ਠੀਕ ਆ ਇਹ ਇੱਧਰ ਨੂੰ ਆਪਾਂ ਨੂੰ ਬਸ ਸਿਰਫ ਸਾਰੇ ਦੇ ਸਾਰਾ ਪਨਾ ਆਪਾਂ ਨੂੰ ਇਹ 34 ਇੰਚ ਵਿੱਚ ਮਿਲਦਾ ਵਾ ਠੀਕ ਆ 34 35 ਇੰਚ ਤੇ ਇਹ ਆਪਾਂ ਹਮੇਸ਼ਾ ਜਦੋਂ ਕਸ਼ੈਰੇ ਹੁਣ ਬੱਚਿਆਂ ਦੇ ਵੀ ਸਿਉਣੇ ਆ ਆ ਜਿਵੇਂ ਆਪਣੀਆਂ ਕੰਨੀਆਂ ਇਧਰਾਂ ਕੰਨੀਆਂ ਜੋੜੀਆਂ ਹੋਈਆਂ ਨੇ ਨਾ ਇਦਾਂ ਆ ਇਧਰ ਲਈ ਫੋਲਡ ਸਾਈ ਦਾ ਇਦਾਂ ਹੀ ਕੱਪੜੇ ਨੂੰ ਆਪਾਂ ਪਨੇ ਦਿਨ ਸਾਰੇ ਇਧਰ ਨੂੰ ਫੋਲਡ ਕਰਕੇ ਇਸ ਹਿਸਾਬ ਦੇ ਨਾਲ ਫੋਲਡ ਕਰਕੇ ਆਪਾਂ ਬੱਚਿਆਂ ਦੇ ਤੇ ਬੀਬੀਆਂ ਦੇ ਕਸ਼ੇਰੇ ਆਪਾਂ ਇਸ ਹਿਸਾਬ ਨਾਲ ਹੀ ਫੋਲਡ ਕਰਨੇ ਆ ਠੀਕ ਆ ਇਧਰੋਂ ਫੋਲਡ ਉਧਰ ਕਰਨੀਆਂ ਜੋੜ ਕੇ ਆਪਦੀ ਇਧਰੋਂ ਆਪਾਂ ਨੇ ਆਹ ਵਾਲੀ ਲੰਬਾਈ ਲੈ ਲੈਣੀ ਆ ਠੀਕ ਆ ਬਸ ਨੀਚੋਂ ਆਪਾਂ ਨੇ ਕਿੰਨਾ ਲੈਣਾ ਉਹਦੇ ਬਾਰੇ ਕੁਝ ਨਹੀਂ ਸੋਚਣਾ ਬੱਚੇ ਦਾ ਸਿਆਉਣਾ ਮ ਚਾਹੇ ਚਾਹੇ ਬੀਬੀਆਂ ਦਾ ਸਿਆਉਣਾ ਠੀਕ ਆ ਤੇ ਇਹ ਜਦੋਂ ਹੁਣ ਆਪਣਾ 17 17 ਇੰਚ ਇਧਰ ਨੂੰ ਆਪਣਾ ਫੋਲਡ ਕਰਿਆ ਹੋਇਆ 17 ਇੰਚ ਆਪਣਾ ਇਧਰ ਨੂੰ ਪਨਾ ਹੈ ਨਾ ਤੇ ਇਹ ਵਾਲਾ ਜਦੋਂ ਆਪਾਂ ਇਹਨੂੰ ਕਸ਼ਹਿਰਾ ਬੱਗ ਬਣਾ ਕੇ ਇਹਦੀ ਕਟਿੰਗ ਕਰਨੀ ਆ ਮਤਲਬ ਜਦੋਂ ਇਹਨੇ ਬੱਗ ਬਣ ਕੇ ਇਦਾਂ ਕਸ਼ਹਿਰਾ ਬਣ ਕੇ ਨਿਕਲਣਾ ਇਹ ਆਹ ਵਾਲੇ ਪਨੇ ਨੇ ਠੀਕ ਆ 17 ਇੰਚੋ ਫੋਲਡ ਕਰੇ ਹੋਏ ਦਾ ਜਦੋਂ ਆਪਾਂ ਇਧਰੋਂ ਆਪਦੀ ਲੈ ਕੇ ਲੰਬਾਈ ਜਿੰਨੀ ਲੈਣੀ ਆ ਲੈ ਕੇ ਆਪਾਂ ਨੇ ਜਦ ਬੱਗ ਬਣਾ ਕੇ ਇਦਾਂ ਕਸ਼ਹਿਰਾ ਬਣ ਕੇ ਐਸ ਲੋਟ ਨੂੰ ਆਉਣਾ ਤਾਂ ਇਧਰ ਨੂੰ ਇਹ ਪੂਰਾ 12 ਇੰਚ ਰੱਖਣਾ ਹੋਵੇ ਜੇਕਰ ਆਪਾਂ ਕਸ਼ਹਿਰਾ ਇਧਰ ਨੂੰ 12 ਇੰਚ ਰੱਖਣਾ ਆਹ ਵਾਲੀ ਚੀਜ਼ ਤੋਂ ਆਪਾਂ ਨੇ 12 ਇੰਚ ਰੱਖਣਾ ਠੀਕ ਆ ਫੇਰ ਤਾਂ ਤੁਸੀਂ ਐਸ ਹਿਸਾਬ ਨਾਲ ਕੱਟ ਸਕਦੇ ਹੋ ਠੀਕ ਆ ਇਧਰ ਨੂੰ ਐਸ ਹਿਸਾਬ ਨਾਲ ਕੱਟਣਾ ਤੇ ਜੇਕਰ ਕਿਉਂਕਿ 12 ਇੰਚ ਹੀ ਬੀਬੀਆਂ ਦਾ ਕਸ਼ਹਿਰਾ ਬੱਚਿਆਂ ਦੇ ਕਸ਼ਹਿਰੇ ਤੇ ਉਹ ਆਪਾਂ ਇੱਥੇ ਇਧਰ ਨੂੰ 12 ਇੰਚ ਹੀ ਰੱਖਦੇ ਆ ਠੀਕ ਆ ਜਦੋਂ ਫਿਰ ਆਪਾਂ ਭਾਈਆਂ ਦੇ ਕਿ ਸ਼ਹਿਰੇ ਸਿਉਂਨੇ ਆ ਉਹ ਇੱਥੋਂ 14 15 16 ਇਸ ਤੋਂ ਅੱਗੇ ਲੰਬਾਈ ਇਧਰ ਨੂੰ نیچے ਨੂੰ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ ਠੀਕ ਆ ਫਿਰ ਆਪਾਂ ਨੂੰ ਕੱਪੜਾ ਜਦੋਂ 12 ਇੰਚ ਤੋਂ 13 ਇੰਚ ਵੀ ਆਪਾਂ ਨੇ ਇਧਰ ਨੂੰ ਨੀਵਾ ਰੱਖਣਾ ਨਾ ਇਸ ਲੋਟ ਨੂੰ 13 ਇੰਚ ਵੀ ਜਦੋਂ ਇਧਰ ਨੂੰ ਪਾ 13 ਇੰਚ ਵੀ ਨੀਵਾ ਰੱਖਣਾ ਤਾਂ ਵੀ ਆਪਾਂ ਨੂੰ ਫਿਰ ਕੱਪੜਾ ਇਦਾਂ ਫੋਲਡ ਨਹੀਂ ਕਰਨਾ ਕਰਿਆ ਜਾਣਾ ਇਦਾਂ ਫੋਲਡ ਆਪਾਂ ਨਹੀਂ ਉਦੋਂ ਕਰਨਾ ਜਦੋਂ ਆਪਾਂ ਨੂੰ ਸਿਰਫ 11 10 11 12 ਇੰਚ ਆਪਾਂ ਨੂੰ 12 ਇੰਚ ਤੱਕ ਆਪਾਂ ਨੂੰ نیچے ਨੂੰ ਲੰਬਾਈ ਚਾਹੀਦੀ ਆ ਕਸ਼ੇਰੀ ਦੀ ਠੀਕ ਆ ਜਦੋਂ ਇਸ ਤੋਂ ਅੱਗੇ ਆਪਾਂ ਨੂੰ ਜ਼ਿਆਦਾ ਚਾਹੀਦੀ ਆ ਫਿਰ ਆਪਾਂ ਨੇ ਕੱਪੜਾ ਐਸ ਲੋਟ ਨੂੰ ਪਨੇ ਦੇ ਅਨਸਾਰ ਐਸ ਲੋਟ ਨੂੰ ਆਪਾਂ ਨੂੰ ਫੋਲਡ ਕਰਨਾ ਪਊ ਐਸ ਲੋਟ ਨੂੰ ਠੀਕ ਆ ਤੇ ਉਹ ਵੀ ਮੈਂ ਤੁਹਾਨੂੰ ਭਾਈਆਂ ਦੇ ਕਸ਼ੇਰੀ ਜਦੋਂ ਇੱਧਰ ਨੂੰ ਕਰਨੇ ਆ ਐਸ ਲੋਟ ਨੂੰ ਫੋਲਡ ਕਰਨਾ ਕਿੰਨਾ ਕਰਨਾ ਉਹਦੇ ਬਾਰੇ ਮੈਂ ਫਿਰ ਤੁਹਾਨੂੰ ਸਪੈਸ਼ਲ ਅਲੈਦਾ ਹੋਰ ਵੀਡੀਓ ਬਣਾਉਂਗੀ ਠੀਕ ਆ ਤੇ ਇਹ ਆਪਾਂ ਪੂਰੇ ਦਾ ਪੂਰਾ ਨਾਪ ਜਿੰਨਾ ਆਪਾਂ ਨੂੰ ਜਾਂ ਕਿਸੇ ਨੇ ਕਹਿਤਾ ਵੀ ਇੰਨਾ ਇਧਰ ਨੂੰ ਹੋਵੇ ਇੰਨਾ ਇਧਰ ਨੂੰ ਹੋਵੇ ਉਹ ਆਪਾਂ ਕਿਵੇਂ ਕਟਿੰਗ ਕਰ ਸਕਦੇ ਆ ਜਾਂ ਆਪਾਂ ਬੱਚੇ ਦਾ ਸੇਣਾ ਵਾ ਉਹਦੀਆਂ ਮੂਰੀਆਂ ਦਾ ਕੱਢ ਲਿਆ ਜਿਵੇਂ ਹੁਣ ਪਤੀ 8 ਇੰਚ ਕੱਢ ਲਿਆ ਠੀਕ ਆ 11 11 ਇੰਚ ਮੂਰੀਆਂ ਤੇ 8 ਇੰਚ ਸੈਂਟਰ ਚੋਂ ਆਪਾਂ ਨੇ 30 ਇੰਚ ਇੱਧਰ ਨੂੰ ਕੱਢ ਲਿਆ ਵੀ ਹੁਣ ਆਪਾਂ ਉਹਨੂੰ 30 ਇੰਚ ਕੱਢਣਾ ਹੋਏ ਪਣਾਉਣਾ ਮਾ 30 ਇੰਚ ਦਾ ਐਸ ਲੋਟ ਨੂੰ ਕਸ਼ਹਿਰਾ ਬਣਾਉਣਾ ਵੀ ਆਪਾਂ ਉਹ ਕਿੰਨਾ ਰੱਖਣਾ ਠੀਕ ਆ ਅੱਜ ਮੈਂ ਤੁਹਾਨੂੰ ਉਹਦੇ ਬਾਰੇ ਕਟਿੰਗ ਦੱਸ ਦਿਆਂ ਠੀਕ ਆ ਤੇ ਫੇਰ ਪਾਈਆਂ ਦਾ ਦੱਸੂਗੀ ਜੇ ਜਿੰਨਾ ਤੁਸੀਂ ਨੀਮਾ ਰੱਖਣਾ ਤੇ ਉਹ ਕਿਵੇਂ ਆਪਾਂ ਰੱਖ ਸਕਦੇ ਆ ਕਿੰਨਾ ਘਟ ਵਧੂਗਾ ਕਿੰਨਾ ਘਟੂਗਾ ਕਿੰਨਾ ਵਧੂਗਾ ਉਹ ਵੀ ਮੈਂ ਸਾਰਾ ਦੱਸੂਗੀ ਤੁਹਾਨੂੰ ਤੇ ਮੈਂ ਹੁਣ ਤੁਹਾਨੂੰ ਇਹ ਦੱਸਤਾ ਵੀ ਐਸ ਲੋਟ ਨੂੰ ਕੰਨੀਆਂ ਜੋੜ ਕੇ ਜਿਹੜਾ ਕਸ਼ਹਿਰੇਆਂ ਵਾਲਾ ਕੱਪੜਾ ਹੁੰਦਾ ਕੰਨੀਆਂ ਜੋੜ ਕੇ ਐਸ ਲੋਟ ਨੂੰ ਆਪ ਬਣਾ ਹੁੰਦਾ ਜਰਾ ਇਹ ਸਲੂਟ ਨੂੰ ਇੰਨਾ ਇਹਦੇ ਨਾਲ ਕਸ਼ੇਰੇ ਦੀ ਲੰਬਾਈ 12 ਇੰਚ ਤੱਕ ਬਣ ਸਕਦੀ ਆ 13 ਇੰਚ ਨਹੀਂ ਬਣਨੀ ਠੀਕ ਆ ਜਿਹੜੀ ਆ ਕਸ਼ੇਰਾਂ ਵਾਲਾ ਕੱਪੜਾ ਹੁੰਦਾ ਇਹਨੂੰ ਫੋਲਡ ਕਰਕੇ ਐਸ ਲੋਟ ਨੂੰ ਜੇ ਆਪਾਂ 12 ਇੰਚ ਤੱਕ ਲੰਬਾਈ ਰੱਖਣੀ ਆ ਕਸ਼ੇਰੀ ਦੀ ਫੇਰ ਆਪਾਂ ਐਸ ਲੋਟਾਂ ਕੰਨੀਆਂ ਜੋੜ ਕੇ ਇਧਰੋਂ ਕੰਨੀਆਂ ਜੋੜ ਕੇ ਇਧਰੋਂ ਫੋਲਡ ਸਾਈਡ ਤੋਂ ਆਪਾਂ ਆਪਦੀ ਇੱਥੋਂ ਤੇ ਲੰਬਾਈ ਲੈਣੀ ਆ ਲੈ ਕੇ ਕਟਿੰਗ ਕਰਕੇ ਬੱਗ ਬਣਾ ਕੇ ਆਪਾਂ ਉਹਦਾ ਕਸ਼ੇਰਾ ਸਿਉਂ ਸਕਦੇ ਆ ਬੱਚਿਆਂ ਤੋਂ ਬੀਬੀਆਂ ਦਾ ਬੱਚਿਆਂ ਦਾ ਆਪਾਂ ਇਹ ਸਲੋਟ ਹੀ ਸਿਉ ਸਕਦੇ ਹਾਂ ਜਦੋਂ 12 ਇੰਚ ਤੋਂ 13 ਇੰਚ ਲੈਣਾ ਫਿਰ ਆਪਾਂ ਕੱਪੜਾ ਦੂਜੀ ਲੋੜ ਫੋਲਡ ਕਰਾਂਗੇ ਉਹਦੀ ਮੈਂ ਹੋਰ ਦੂਜੀ ਵੀਡੀਓ ਚ ਦੱਸੂਗੀ ਠੀਕ ਆ ਤੇ ਹੁਣ ਆਪਾਂ ਨੇ ਬਣਾਉਣਾ ਮਾ 30 ਇੰਚ ਇਧਰ ਨੂੰ ਹੋਵੇ ਠੀਕ ਆ ਹੁਣ ਆਪਾਂ ਨੂੰ ਫਿਰ ਕੱਪੜੇ ਦੀ ਕਿੰਨੀ ਲੋੜ ਪਊ ਕਿਵੇਂ ਕਿੰਨਾ ਲਈਏ ਕਿ ਆਪਣਾ 30 ਇੰਚ ਹੀ ਆਣੀ ਆ ਦੇਖੋ ਹੁਣ ਆਪਾਂ ਆਹ ਦੇਖੋ ਫੋਲਡ ਕਰਿਆ ਹੋਇਆ ਕਸ਼ੇਰੇ ਦੀ ਕਟਿੰਗ ਕਿਵੇਂ ਕਰੀਦੀ ਆ ਦੇਖੋ ਆ ਆਪਣਾ ਕਪੜਾ ਇੱਧਰ ਕੰਨੀਆਂ ਨੇ ਆਪਣੀਆਂ ਹਾਂ ਦੇਖੋ ਇੱਧਰ ਕੰਨੀਆਂ ਜੋੜਦੀਆਂ ਬਿਲਕੁਲ ਸੇਮ ਸੈੱਟ ਕਰਕੇ ਰੱਖ ਲਈਆਂ ਕੰਨੀਆਂ ਇੱਧਰੋਂ ਆਪਾਂ ਰਏ ਨੇ ਬਲਬੁਲ ਕੱਟ ਕੇ ਕਪੜਾ ਇੱਧਰਲੀ ਸਾਈਡ ਤੋਂ ਫੋਲਡ ਆ ਇਦਾਂ ਕਪੜਾ ਰੱਖ ਲਿਆ ਹੁਣ ਆਪਾਂ ਨੇ ਇੱਧਰ ਨੂੰ 30 ਇੰਚ ਇੱਧਰ ਨੂੰ ਰੱਖਣਾ ਐਸ ਲੋਟ ਨੂੰ ਠੀਕ ਹੈ ਜਿਹੜਾ ਇਹ ठाਨ ਰੱਖਣਾ ਚਾਹੀਏ 10 ਰੱਖਣਾ ਚਾਹੀਏ 11 ਇੰਚ ਰੱਖਣਾ ਉਹ ਆਪਾਂ ਉੱਪਰੋਂ ਕਟਿੰਗ ਕਰ ਦਾਂਗੇ ਠੀਕ ਆ 12 ਇੰਚ ਤੱਕ نیچے ਨੂੰ ਆਪਣਾ ਤਿਆਰ ਬਣ ਸਕਦਾ ਤੇ ਆਪਾਂ ਜਿੰਨਾ ਰੱਖਣਾ ਉਹ ਮੈਂ ਤੁਹਾਨੂੰ ਦੱਸੂਗੀ ਕਿਵੇਂ ਕਾਟ પા ਕੇ ਉਤੋਂ ਕਟਿੰਗ ਕਰਨੀ ਆ ਹੁਣ ਆਪਾਂ ਨੇ 30 ਇੰਚ ਜਿਹੜਾ ਇੱਧਰ ਨੂੰ ਰੱਖਣਾ ਉਹਦੇ ਉਹਦੀ ਲੰਬਾਈ ਪੂਰੀ ਰੱਖਣ ਲਈ 30 ਆਪਾਂ ਕਿੰਨਾ ਰੱਖਣਾ ਠੀਕ ਆ ਆ ਦੇਖੋ ਹੁਣ ਆਪਾਂ ਨੇ ਇੱਥੋਂ ਤੇ ਆ ਦੋਨੇ ਕੰਨੀਆਂ ਬਰਾਬਰ ਨੇ ਨੇ ਇੱਥੋਂ ਇੱਧਰੋਂ ਇੱਧਰੋਂ ਕਾਣ ਨਾ ਹੋਵੇ ਇੱਥੋਂ ਕੋਈ ਠੀਕ ਆ ਇਦਾਂ ਲੈ ਲਿਆ ਆਪਾਂ 30 ਇੰਚ ਤਿਆਰ ਰੱਖਣਾ ਹੁਣ 30 ਦੇ ਵਿੱਚੋਂ 5 ਇੰਚ ਕੱਢ ਦੋ ਠੀਕ ਆ 5 ਇੰਚ ਕੱਢ ਕੇ ਤੇ ਆਪਣੇ ਕੋਲ ਰਹਿ ਗਿਆ ਮਗਰ 25 ਇੰਚ ਆ ਦੇਖੋ ਇੱਥੋਂ ਤੇ ਰੱਖ ਕੇ ਆਪਾਂ ਨੇ ਪੂਰੇ 25 ਇੰਚ ਦੇ ਉੱਤੇ ਨਿਸ਼ਾਨੀ ਲਾ ਲਈ ਠੀਕ ਆ ਇਦਾਂ ਹੀ ਆਪਾਂ ਨੇ ਇੱਥੋਂ ਇੱਥੋਂ ਰੱਖਣਾ ਨੀਚੋਂ 25 ਇੰਚੋਂ ਆਪਾਂ 5 ਇੰਚ ਜਿੰਨੀ ਆਪਾਂ ਤਿਆਰ ਇਧਰ ਨੂੰ ਲੰਬਾਈ ਰੱਖਣੀ ਆ ਠੀਕ ਆ ਉਹਦੇ ਤੋਂ ਆਪਾਂ 5 ਇੰਚ ਘੱਟ ਰੱਖ ਲੈਣੀ ਆ ਆ ਦੇਖੋ ਹੁਣ ਇੱਥੋਂ ਤੇ ਰੱਖ ਕੇ 25 ਇੰਚ ਦੇ ਉੱਤੇ ਆਪਾਂ ਨਿਸ਼ਾਨੀ ਲਾਤੀ ਲਾਤੀ ਹੁਣ ਇੱਥੇ ਤੱਕ ਆਪਾਂ ਇੰਨਾ ਕੱਪੜਾ ਇਹਦੇ ਨਾਲੋਂ ਕਟਿੰਗ ਕਰਾਂਗੇ ਠੀਕ ਆ ਤੇ ਹੁਣ ਆਪਣਾ ਇਹ ਤੁਹਾਨੂੰ ਇੱਕ ਹੋਰ ਤਰੀਕਾ ਦੱਸ ਦਿੰਨੀ ਆ ਮੈਂ ਵੀ ਆਪਾਂ ਨੂੰ ਨਾ ਪਤਾ ਲੱਗੇ ਵੀ ਆਪਾਂ ਕਿੰਨਾ ਰੱਖੀਏ ਕਿੰਨਾ ਆਊਗਾ ਬਣ ਕੇ ਜਦੋਂ ਬੱਗ ਬਣ ਕੇ ਨਿਕਲਣਾ ਉਦੋਂ ਕਿੰਨਾ ਬਣ ਕੇ ਨਿਕਲਣਾ ਮੈਂ ਤੁਹਾਨੂੰ ਉਹ ਦੱਸਦੀ ਆ ਦੇਖੋ ਹੁਣ ਅੱਧਾ ਅੱਧਾ ਇੰਚ ਤਾਂ ਆਪਾਂ ਜਦ ਇੱਧਰ ਵੀ ਸਲਾਈ ਲਾਵਾਂਗੇ ਨਾ ਇੱਧਰ ਵੀ ਸਲਾਈ ਲੱਗੂਗੀ ਉਹਦੇ ਚ ਵੀ 1 ਇੰਚ ਦਾ ਉੱਚ ਨਿਕਲ ਜਾਣਾ ਤੇ ਹੁਣ ਤੁਸੀਂ ਇੱਥੋਂ ਆ ਕਾਰਨਰ ਤੋਂ ਲੈ ਕੇ ਜਿਹੜਾ ਇੱਧਰ ਤੁਸੀਂ ਆ 25 ਇੰਚ ਦੀ ਨਿਸ਼ਾਨੀ ਲਾਈ ਹੋਈ ਆ ਠੀਕ ਆ ਆ ਦੇਖੋ ਇਦਾਂ ਰੱਖ ਲਓ ਇਦਾਂ ਹੀ ਮਿਲੇ ਹੋਏ ਤੇ ਮੈਂ ਤੁਹਾਨੂੰ ਇਹ ਮਿਹਨਤੀ ਦੱਸਦੀ ਆ ਬੱਗ ਬਣ ਕੇ ਕਿੰਨਾ ਨਿਕਲਣਾ ਆ ਦੇਖੋ ਇਦਾਂ ਰੱਖ ਲਿਆ ਆ 25 ਇੰਚ ਦੀ ਇੱਥੋਂ ਤੇ ਲੈ ਕੇ 25 ਇੰਚ ਦੀ ਨਿਸ਼ਾਨੀ ਲਾਈ ਹੋਈ ਆਪਣੀ ਤੇ ਆ ਦੇਖੋ ਸਾਢੇ 30 ਆ ਗਿਆ ਜਦੋਂ ਇਹ ਬੱਗ ਬਣ ਕੇ ਆਪਣਾ ਇਧਰ ਨੂੰ ਚੜਾਈ ਨਿਕਲਣੀ ਆ ਇਹ 30.5 ਤਿਆਰ ਬਣ ਕੇ ਆ ਜਾਣਾ ਠੀਕ ਆ ਤੇ ਇਹਦੇ ਵਿੱਚ ਕੁਝ ਆਪਣਾ ਆਹ ਸਲਾਈਆਂ ਦਾ ਵੀ ਆਊਗਾ ਠੀਕ ਆ ਇੱਕ ਵਾਰ ਸਲਾਈ ਦਾ ਆ ਗਿਆ ਤੇ ਜਿਹੜਾ ਇਹ 30.5 ਆ ਇਧਰ ਆਪਣਾ ਸਲਾਈ ਦਾ ਆ ਜਾਣਾ ਠੀਕ ਆ ਸਲਾਈਆਂ ਦਾ ਆ ਕੇ ਇਹ ਆਪਣਾ 30 ਇੰਚ ਆਪਾਂ ਨੂੰ ਇਹਦੇ ਚੋਂ ਬਚ ਜਾਣਾ ਠੀਕ ਆ ਨਾ 3 ਇੰਚ ਆਪਣੀ ਚੜਾਈ ਇਧਰ ਨੂੰ ਜਿਹੜੀ ਐਸਲੋਟ ਨੂੰ ਲੰਬਾਈ ਕਰਨੀ ਆਪਾਂ ਨੇ ਪੂਰੀ ਉਹ ਆਪਣੀ 30 ਇੰਚ ਨਿਕਲ ਆਉਣੀ ਆ ਏਦਾਂ ਮਣਕੇ ਦੇਖ ਲਿਓ ਇਧਰ ਨੂੰ ਠੀਕ ਆਪਾਂ ਕਿੰਨਾ ਚਾਹੀਦਾ ਐਸਲੋਟ ਰੱਖ ਕੇ ਦੇਖ ਲੈਣਾ ਉਹ ਨਿਸ਼ਾਨੀ ਲਾ ਕੇ 25 ਇੰਚ ਦੀ ਨਿਸ਼ਾਨੀ ਉੱਥੇ ਲਾ ਕੇ 25 ਇੰਚ ਦੀ ਨਿਸ਼ਾਨੀ ਇੱਥੇ ਤੱਕ ਲੱਗ ਗਈ 25 ਇੰਚ ਦੀ ਲੱਗੀ ਨਾ ਤੇ ਹੁਣ ਆਪਾਂ ਇੱਥੋਂ ਇਸ ਕਿਨਾਰੇ ਤੋਂ ਇਸੇ ਤੋਂ ਲੈ ਕੇ ਸਿੱਧਾ ਉਹ ਕਾਰਨਰ ਤੱਕ ਏਦਾਂ ਮਣਕੇ ਦੇਖ ਲਓ ਜਿੰਨੀ ਆ ਗਈ ਇੰਨੀ ਬਣ ਕੇ ਨਿਕਲੇ ਆਊਗੀ ਠੀਕ ਆ ਅੱਧਾ-ਅੱਧਾ ਇੰਚ ਆਪਣਾ ਸਾਈਡਾਂ ਤੋਂ ਸਲਾਈਆਂ 'ਚ ਵੀ ਆਊਗਾ ਹੁਣ ਮੈਂ ਤੁਹਾਨੂੰ ਦੱਸਦੀ ਆ ਹੁਣ ਆਪਾਂ ਨੇ ਆ 25 ਇੰਚ ਲੈ ਲਿਆ ਇਹ ਤਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਲਾ ਕੇ ਦੇਖਣਾ ਹੋਵੇ ਨਾ ਵੀ ਕਿੰਨਾ ਨਿਕਲਣਾ ਬਣ ਕੇ ਇਦਾਂ ਡੇਢ 'ਚ ਲਾ ਕੇ ਦੇਖ ਲਓ ਇਦਾਂ ਆਪਣੇ ਆਪ ਹੀ ਪਤਾ ਲੱਗ ਜੂ ਤੁਹਾਨੂੰ ਵੀ ਕਿੰਨਾ ਬੱਗ ਬਣ ਕੇ ਕਿੰਨਾ ਨਿਕਲੂਗਾ ਤੇ ਹੁਣ ਆਪਾਂ 25 ਇੰਚ ਦੀ ਇੱਥੇ ਨਿਸ਼ਾਨੀ ਲਾਈ ਹੋਈ ਆ 30 ਇੰਚ ਆਪਾਂ ਲੰਬਾਈ ਰੱਖਣੀ ਆ 25 ਇੰਚ ਤੇ ਲੱਗੀ ਹੋਈ ਆ ਹੁਣ ਆਪਾਂ ਨੇ ਇਹ ਇੰਨੀ ਆ ਇਹ ਜਿਹੜਾ ਇੰਨਾ ਕੁ ਜ਼ਿਆਦਾ ਆ ਇਹਦੀ ਆਪਾਂ ਕਟਿੰਗ ਕਰ ਦੇਣੀ ਆ ਇਹ ਆਪਾਂ ਹੁਣ ਬੱਚੇ ਦਾ 12 ਇੰਚ 12 ਸਾਲ ਦੇ ਬੱਚੇ ਦਾ ਕਸ਼ਰਾ ਸਿਉਣਾ ਨਾ ਮੈਂ ਉਹਦਾ ਨਾਪ ਤੁਹਾਨੂੰ ਦੱਸ ਰਹੀ ਆ ਕਿਉਂਕਿ ਆਪਾਂ ਇਧਰ ਨੂੰ 30 ਇੰਚ ਰੱਖਣਾ ਤੇ ਜੇਕਰ ਤੁਸੀਂ ਬੱਚਾ ਭਾਰੀ ਆ 12 ਇੰਚ ਵੀ ਮੂਰੀ ਰੱਖਣੀ ਆ ਇਹ 11 ਇੰਚ ਮੂਰੀ ਦੇ ਨਾਲ ਤੁਹਾਡਾ 30 ਇੰਚ ਇਧਰ ਨੂੰ ਸੈੱਟ ਆ ਜਾਣਾ ਬੱਚੇ ਦੇ ਠੀਕ ਆ ਜੇ ਬੱਚਾ ਹੋਰ ਭਾਰੀ ਆ ਤੁਸੀਂ 12 ਇੰਚ ਮੂਰੀ ਰੱਖਣੀ ਆ ਤਾਂ 24 ਇੰਚ 24 ਇੰਚ ਮੂਰੀਆਂ ਦਾ ਨਿਕਲ ਗਿਆ ਤੇ 8 ਇੰਚ ਸੈਂਟਰ ਚੋਂ ਹੋ ਗਿਆ ਤੇ ਫਿਰ ਤੁਸੀਂ 32 ਇੰਚ ਰੱਖਣਾ ਠੀਕ ਆ ਜੇ 32 ਇੰਚ ਤੁਸੀਂ ਐਸ ਲੋਟ ਨੂੰ ਇਧਰ ਨੂੰ 32 ਇੰਚ ਰੱਖਣਾ ਵਾ ਫਿਰ ਤੁਹਾਨੂੰ ਕਿੰਨਾ ਰੱਖਣਾ ਪਊਗਾ ਫਿਰ ਤੁਹਾਨੂੰ 27 ਇੰਚ ਰੱਖਣਾ ਪਊਗਾ ਠੀਕ ਆ ਜੇ ਤੁਸੀਂ 31 ਇੰਚ ਰੱਖਣਾ ਐਸ ਲੋਟ ਨੂੰ ਇਧਰ ਨੂੰ ਲੰਬਾਈ ਉਹਦੀ 31 ਇੰਚ ਰੱਖਣੀ ਆ ਫਿਰ ਤੁਸੀਂ 26 ਇੰਚ ਰੱਖਣਾ ਠੀਕ ਆ ਹੁਣ ਆਪਾਂ ਨੇ 30 ਇੰਚ ਰੱਖਣੀ ਆ ਤਾਂ ਆਪਾਂ ਹੁਣ 25 ਇੰਚ ਰੱਖਿਆ ਠੀਕ ਆ ਐਸ ਲੋਟ ਨੂੰ ਕੱਪੜਾ ਪਹਿਲਾਂ ਆਪਾਂ ਹੁਣ 25 ਇੰਚ ਦੀ ਕਟਿੰਗ ਕਰ ਦੇਣੀ ਆ ਆ ਹੁਣ ਜਿਹੜੀ ਇੰਨੀ ਨਾਲੋਂ ਆ ਆ ਇੰਨੀ ਲੀਰ ਆਪਾਂ ਪੱਟੀ ਨਾਲੋਂ ਇਹ ਲਾ ਦੇਣੀ ਆ ਆ ਦੇਖੋ ਹੁਣ ਆਪਾਂ ਨੇ ਨਾਲੋਂ ਆ ਪੱਟੀ ਇੰਨੀ ਲਾਤੀ ਆ ਹੁਣ ਆਪਣਾ ਪੂਰਾ ਇਹ ਇੱਥੋਂ ਤੇ ਲੈ ਕੇ ਇੱਥੋਂ ਤੇ ਲੈ ਕੇ ਪੂਰਾ ਆਪਣਾ ਹੁਣ ਇਹ 25 ਇੰਚਾ ਠੀਕ ਆ ਆ 25 ਇੰਚਾ ਪੂਰਾ ਹੁਣ ਆਪਾਂ 25 ਇੰਚ ਦਾ ਕਸ਼ੇਰਾ ਤੁਹਾਨੂੰ ਦੱਸਦੀ ਇੱਕ ਬੱਗ ਬਣ ਕੇ ਕਿੰਨਾ ਨਿਕਲੂਗਾ ਠੀਕ ਆ ਹੁਣ ਆਪਾਂ ਬੱਗ ਕਿਵੇਂ ਬਣਾਉਣਾ ਹੁਣ ਇਹ 12 ਸਾਲ ਦੇ ਬੱਚੇ ਦਾ ਕਸ਼ੇਰਾ ਵਾ ਠੀਕ ਆ ਹੁਣ ਵਿੱਚ ਜੇ ਤਾਂ ਸ਼ਹਿਰੇ ਦਾ ਸਿੱਧਾ ਪੁੱਠਾ ਜਿਆ ਹੁੰਦਾ ਨਹੀਂ ਜੇ ਹੋਵੇ ਤੇ ਆਪ ਵਿੱਚ ਸਿੱਧਾ ਕਰ ਲੈਣਾ ਤੇ ਆਹ ਆ ਬਾਹਰ ਪੁੱਠਾ ਬਾਹਰਲੇ ਪਾਸੇ ਪੁੱਠੇ ਨੇ ਠੀਕ ਆ ਹੁਣ ਜਿਹੜੀਆਂ ਆਪਾਂ ਕੰਨੀਆਂ ਜੋੜੀਆਂ ਹੋਈਆਂ ਨੇ ਆਹ ਵਾਲੀਆਂ ਐ ਸਲੋਟ ਨੂੰ ਲੰਬਾਈ ਕੰਨੀ ਨੂੰ ਐ ਸਲੋਟ ਨੂੰ ਕੰਨੀਆਂ ਜੋੜੀਆਂ ਹੋਈਆਂ ਨੇ ਹੁਣ ਆਪਾਂ ਸਭ ਤੋਂ ਪਹਿਲਾਂ ਆਹ ਕੰਨੀ ਦੇ ਉੱਤੇ ਸੀਨ ਲਾ ਦੇਣੀ ਆ ਆ ਕੰਨੀ ਦੇ ਉੱਤੇ ਇਦਾਂ ਕਰਕੇ ਪਹਿਲਾਂ ਕੰਨੀ ਵਾਲੀ ਸੀਨ ਲਾ ਦੇਣੀ ਆ ਆ ਦੇਖੋ ਹੁਣ ਆਪਾਂ ਕੰਨੀ ਦੀ ਸੀਨ ਲਾ ਲੈਂਦੀ ਆ ਆ ਦੇਖੋ ਕੰਨੀ ਤੇ ਸੀਨ ਲਾ ਲੈਂਦੀ ਕੰਨੀਆਂ ਦੋਨੇ ਇਧਰੋਂ ਜੋੜਤੀਆਂ ਠੀਕ ਹੈ ਨਾ ਅੱਦੇ ਜੇਕਰ ਆਪਾਂ ਐਸ ਲੋਟ ਨੂੰ ਇੱਕ ਕਪੜਾ ਆਪਾਂ ਐਸ ਲੋਟ ਨੂੰ ਫੋਲਡ ਕਰਾ ਕੇ ਕੰਨੀਆਂ ਜੋੜੀਆਂ ਹੋਈਆਂ ਨੇ ਫਿਰ ਤਾਂ ਆਪਣਾ ਇਧਰਲੀ ਸਾਈਡ ਤੋਂ ਇੱਥੋਂ ਭੰਨ ਪਿਆ ਹੋਇਆ ਹੋਗਾ ਵਲਾ ਨਹੀਂ ਜੇਕਰ ਆਪਾਂ ਦੂਜੇ ਰੋੜਾ ਪਾ ਮੋਰ ਫੋਲਡ ਕਰਾਇਆ ਜਾਂ ਭੰਨ ਨਹੀਂ ਹੈਗਾ ਫਿਰ ਆਪਾਂ ਨੇ ਇੱਥੋਂ ਆ ਕੰਨੀਆਂ ਜੋੜਤੀ ਨਾ ਬਿਲਕੁਲ ਏਦਾਂ ਸਿੱਧਾ ਕਰਕੇ ਇਹਦੇ ਇੱਥੇ ਸੈਂਟਰ 'ਚ ਇੱਥੇ ਇੱਥੇ ਕੱਟ ਲਾ ਲੈਣਾ तो इदा ही इधरों कनिया बिलकुल जोड़ के सीधा करके इदा इत ला लेना आ देखो इत ये एन इधर नीचे इथे कट लाता आ देखो आह अपने कट लाता ना आवला इधर भी अपने इद्दा ही इधर भी कट लाता आ देखो इधर भी अपने इतने कट लाता आवला एन ए सेंटर कर लेना ठीक है बिलकुल उपरों लिया के इदा सीधा ਸੈਂਟਰ ਕਰ ਲਿਆ ਹੁਣ ਆਪਾਂ ਨੇ ਕੀ ਕਰਨਾ ਜਿਹੜੀ ਉਹ ਸੀਨ ਲਾਈ ਹੋਈ ਆ ਹੁਣ ਆਪਾਂ ਨੇ ਇਹਨੂੰ ਇੱਥੋਂ ਵਿਚਕਾਰੋਂ ਚੱਕਣਾ ਵਾ ਇਦਾਂ ਇਦਾਂ ਕਰਕੇ ਜਿਹੜਾ ਆਪਣਾ ਕੱਟ ਲਾਇਆ ਹੋਇਆ ਆ ਦੇਖੋ ਇਦਾਂ ਇਦਾਂ ਕਰ ਲੈਣਾ ਆ ਜਿਹੜਾ ਆਪਾਂ ਕੱਟ ਲਾਇਆ ਇਹ ਸੀਨ ਆਹ ਵਾਲੀ ਸੀਨ ਇਹ ਵਾਲੇ ਕੱਟ ਦੇ ਇੱਥੇ ਰੱਖ ਲੈਣੀ ਆ ਕੱਟ ਦੇ ਉੱਤੇ ਆਹ ਦੇਖੋ ਆ ਕੱਟ ਆ ਗਿਆ ਜਿਹੜਾ ਆਪਾਂ نیچے ਲਾਇਆ ਸੀ ਹੁਣ ਆਪਾਂ ਆਹ ਸੀਨ ਆ ਜਿਹੜੀ ਇਦਾਂ ਸੈਂਟਰ ਚ ਕਰਕੇ ਆ ਸੀਨ ਉਧਰ ਸੀ ਇਦਾਂ ਸੈਂਟਰ 'ਚ ਕਰਕੇ ਆ ਘੱਟ ਨੂੰ ਆਪਾਂ ਇਦਾਂ ਮਲਾਤਾ ਠੀਕ ਆ ਇਦਾਂ ਹੀ ਜਿਹੜਾ ਆਪਾਂ ਇੱਧਰਲੀ ਸਾਈਡ ਦੇ ਉੱਤੇ نیچے ਸੈਂਟਰ 'ਚ ਘੱਟ ਲਾਈਸ نیچے ਇਹਨੂੰ ਸੈਂਟਰ 'ਚ ਕਰਕੇ ਹੁਣ ਆਪਾਂ ਨੇ ਆ ਸੀਨ ਬਿਲਕੁਲ ਆ ਘੱਟ ਦੇ ਉੱਤੇ ਰੱਖ ਕੇ ਇਦਾਂ ਰੱਖ ਲੈਣਾ ਸਮਝ ਗਈ ਘੱਟ ਦੇ ਨਾਲ ਸੀਨ نیچے ਉਧਰ ਵੀ ਘੱਟ ਨਾਲ ਮਲਾਤੀ ਇੱਧਰ ਵੀ ਮਲਾਤੀ ਸੈਂਟਰ 'ਚ ਕਰ ਲਈ ਸੀਨ ਆਪਾਂ ਬਿਲਕੁਲ ਕਰ ਲਈ ਨਾ ਹੁਣ ਆਪਾਂ ਨੇ ਕੀ ਕਰਨਾ ਇੱਥੋਂ ਚੱਕਣਾ ਕਸ਼ੇਰਾ ਇੱਥੇ ਇੱਕ ਸੀਨ ਲਾ ਦੇਣੀ ਹੈ ਇਦਾਂ ਹੀ ਜਿੱਦਾਂ ਪਿਆ ਇੱਕ ਆਪਾਂ ਨੇ ਇੱਧਰ ਸੀਨ ਲਾ ਦੇਣੀ ਹੈ ਠੀਕ ਆ ਹੁਣ ਆਪਾਂ ਦੋਨੇ ਸੀਨਾ ਲਾ ਲੈਣੇ ਆ ਜਾ ਕੇ ਕੋਣ ਸਾਈਡਾਂ ਦੀ ਆਪਾਂ ਸੀਨਾ ਲਾ ਲਈ ਪਹਿਲਾਂ ਸੈਂਟਰ ਦੀਆਂ ਕੱਲੀਆਂ ਕੰਨੀਆਂ ਫੜ ਕੇ ਲਈ ਫਿਰ ਕੰਨੀ ਵਾਲੀ ਸੀਨ ਲਾ ਕੇ ਇਹਨੂੰ ਕੰਨੀ ਵਾਲੀ ਸੀਨ ਨੂੰ ਸੈਂਟਰ ਚ ਕਰਕੇ ਅੱਪਾ ਨੇ ਆਹ ਸਾਈਡਾਂ ਵਾਲੀਆਂ ਆਹ ਵਾਲੀਆਂ ਦੇਖੋ ਆਹ ਸੀਨ ਲਾ ਲਈਆਂ ਠੀਕ ਹੈ ਇਦਾਂ ਇੰਨੇ ਨੇ ਕਾਂ ਤੇ ਲਾ ਦੇਣੀਆਂ ਨੇ ਇਹ ਜੋ ਕੋਈ ਕਾਂ ਨਾ ਹੋਵੇ ਬਿਲਕੁਲ ਸਿੱਧਾ ਹੋਵੇ ਠੀਕ ਹੈ ਤੇਵਾ ਪਹਿਲਾਂ ਇੱਕ ਕਟਿੰਗ ਕਰਨ ਵੇਲੇ ਸਿੱਧਾ ਕਰ ਲੈਣਾ ਆਹ ਦੇਖੋ ਇੱਧਰ ਸਾਈਡਾਂ ਤੇ ਲਾ ਲਈ ਬਸ ਤੇ ਸ਼ਹਿਰੇ ਦਾ ਬਸ ਆਹ ਇਦਾਂ ਕਰਤਾ ਵਰਦੀ ਵਾਲੇ ਲੰਬੀ ਸੀਨ ਫੇਰ ਸਾਈਡਾਂ ਵਾਲੀ ਸੀਨ ਲਾ ਕੇ ਤੇ ਹੁਣ ਦੇਖੋ ਇਧਰਲੇ ਪਾਸੇ ਹੈਗਾ ਪਲੇਨ ਇਧਰਲੇ ਪਾਸੇ ਸੀਨ ਨਹੀਂ ਹੈਗੀ ਕੋਈ ਠੀਕ ਹੈ ਇਹੇ ਆਪਾਂ ਇਦਾਂ ਰੱਖ ਲੈਣਾ ਜਿਹੜੇ ਪਾਸੇ ਸੀਨ ਮਾ ਆ ਸੀਣਾ ਇਸ ਪਾਸੇ ਆਪਾਂ ਨੇ ਹੁਣ ਕੀ ਕਰਨਾ ਇਦਾਂ ਆਹ ਵਾਲੇ ਕਾਰਨਰ ਦੇ ਉੱਤੋਂ ਇੱਥੋਂ ਰੱਖ ਲਓ ਇੰਚੀ ਟੇਪ ਤੇ ਇਧਰਲੇ ਕਾਰਨਰ ਤੱਕ ਲਾ ਲਓ ਆ ਦੇਖੋ ਸੀਣ ਵਾਲੇ ਪਾਸੇ ਉਹ ਉਧਰਲੇ ਖੁੰਝੇ ਤੋਂ ਰੱਖਿਆ ਆਪਾਂ ਨੇ ਇਧਰਲੇ ਤੇ ਲਾਤਾ ਠੀਕ ਹੈ ਨਾ ਇਦਾਂ ਇੰਚੀ ਟੇਪ ਰੱਖ ਲੈਣਾ ਬਿਲਕੁਲ ਇਦਾਂ ਟੇਢ ਦੇ ਵਿੱਚ ਲਾਤਾ ਠੀਕ ਹੈ ਤੇ ਹੁਣ ਆਪਾਂ ਨੇ ਕੀ ਕਰਨਾ ਇਦਾਂ ਹੀ ਇੰਚੀ ਟੇਪ ਦੇ ਪਏ ਪਏ ਦੇ ਨਾਲ-ਨਾਲ ਚਾਕ ਦੇ ਨਾਲ ਨਿਸ਼ਾਨੀ ਲਾ ਦੇਣੀ ਆਹ ਕਾਰਨਰ ਤੱਕ ਆਹ ਦੇਖੋ ਨਾਤੀ ਨਿਸ਼ਾਨੀ ਆਪਾਂ ਨੇ ਆਹ ਦੇ ਟੇੜ ਦੇ ਵਿੱਚ ਇੰਚੀ ਟੇਪ ਰੱਖ ਕੇ ਇੰਚੀ ਟੇਪ ਦੇ ਨਾਲ ਆਪਾਂ ਨੇ ਆ ਚਾਕ ਦੇ ਨਾਲ ਉਹ ਤੇ ਕਾਰਨਰ ਤੱਕ ਇਦਾਂ ਨਿਸ਼ਾਨੀ ਲਾਤੀ ਆ ਠੀਕ ਆ ਇਧਰ ਇਧਰ ਲਈ ਕਾਰਨਰ ਤੱਕ ਲਾਤੀ ਆ ਠੀਕ ਆ ਹੁਣ ਆਪਾਂ ਜਿਹੜੀ ਨਿਸ਼ਾਨੀ ਲਾਈ ਆ ਇਸੇ ਤੋਂ ਹੀ ਇਧਰਲੀ ਸਾਈਡ ਤੋਂ ਜਿੱਧਰ ਆ ਨਿਸ਼ਾਨੀ ਲਾਈ ਆ ਸੀਨ ਵਾਲਾ ਸਾਈਡ ਇਹ ਕੱਲਾ ਉੱਪਰਲਾ ਇਹ ਕੱਲਾ ਉੱਪਰਲਾ ਚੱਕਣਾ ਵਾ ਇਹ ਕੱਲੇ ਦੀ ਕਟਿੰਗ ਕਰਨੀ ਹੈ ਜਿਹੜਾ نیچے ਵਾਲਾ ਆਹ ਵਾਲਾ ਪਰਵਾ ਇਹ ਕੱਪੜੇ ਦੀ ਨਹੀਂ ਨਾਲ ਹੋਣੀ ਚਾਹੀਦੀ ਠੀਕ ਆ ਹਾ ਕੱਲੇ ਉੱਪਰਲੇ ਕੱਪੜੇ ਦੀ ਕਟਿੰਗ ਕਰਨੀ ਆਪਾਂ ਨੇ ਪਹਿਲਾਂ ਇੱਥੇ ਕੱਲੇ ਨੂੰ ਚੱਕ ਕੇ ਥੋੜਾ ਜਿਹਾ ਕੱਟ ਲਾ ਲਓ ਆਹ ਦੇਖੋ ਹੁਣ ਆਪਾਂ ਕੱਲੇ ਦੀ ਪਹਿਲਾਂ ਇੰਨਾ ਕ ਕੱਟ ਲਾ ਲਿਆ ਕੱਲਾ ਇਦਾਂ ਚੱਕ ਕੇ ਕੱਲਾ ਉੱਪਰ ਲਾ ਠੀਕ ਆ ਹੁਣ ਆਪਾਂ ਇਹ ਕੱਲਾ ਚੱਕ ਕੇ ਇਦਾਂ ਹੁਣ ਇਹ ਤੇ ਵਿੱਚ ਇਦਾਂ ਕੈਂਚੀ ਦੇ ਨਾਲ ਇਹਦਾ ਆ ਕੱਲੇ ਉੱਪਰਲੇ ਕੱਪੜੇ ਦੀ ਕਟਿੰਗ ਕਰਨੀ ਹੈ ਇੱਦਾਂ ਕੱਲੇ ਦੀ ਠੀਕ ਆ ਆ ਨੀਚੇ ਵਾਲਾ ਵਾ ਜਿਹੜਾ ਇਹਦੀ ਨਹੀਂ ਕਰਨੀ ਹੈਗੀ ਜਿਹੜਾ ਆਪਾਂ ਨੂੰ ਨੀਚੇ ਨੀਚੇ ਵਾਲਾ ਵਾ ਬਣਾ। ਆ ਦੇਖੋ ਹੁਣ ਆਪਾਂ ਕੱਲੇ ਆ ਸੀਨ ਵਾਲੇ ਦੇ ਉੱਪਰਲੇ ਉੱਪਰਲੇ ਦੀ ਕਟਿੰਗ ਕਰਤੀ। ਇਹ ਇਧਰਲੇ ਕੋਰਨਰ ਤੋਂ ਲੈ ਕੇ ਉਧਰਲੇ ਕੋਰਨਰ ਤੱਕ ਇਦਾਂ ਕਰਤੀ ਠੀਕ ਆ। ਹੁਣ ਆਪਾਂ ਇਹਦੇ ਨੂੰ ਚੱਕਣਾ ਕਿਵੇਂ ਆ? ਆ ਦੇਖੋ ਇਦਾਂ ਹੀ ਚੱਕੋ। ਇਦਾਂ ਇਦਾਂ ਚੱਕ ਕੇ ਇਦਾਂ ਚੱਕ ਕੇ ਇਦਾਂ ਰੱਖ ਲੋ ਇਹਨੂੰ ਇਦਾਂ ਠੀਕ ਆ ਇਦਾਂ ਬਣ ਜਾਣਾ ਇਹਨੇ ਬੱਗ ਜਿਹਾ ਆ ਦੇਖੋ ਮਾਰੀ ਆ ਦੇਖੋ ਇਦਾਂ ਬਣ ਗਿਆ ਕਸ਼ੇਰਾ ਹੀ ਆਪਣਾ ਇਦਾਂ ਕਰਕੇ ਇਹਨੂੰ ਸੈੱਟ ਕਰ ਲੈਣਾ ਆ ਇੱਧਰਲੇ ਆਹ ਕੁੰਜੇ ਤੋਂ ਫੜ ਕੇ ਇਦਾਂ ਸੈੱਟ ਸਿੱਧਾ ਕਰ ਲੈਣਾ ਆ ਇੱਧਰਲੇ ਪਾਸਿਓਂ ਆਹ ਵਾਲੇ ਕੁੰਜੇ ਨੂੰ ਇਦਾਂ ਫੜ ਕੇ ਨਾ ਇਦਾਂ ਝੜਕ ਲੈਣਾ ਇਹਨੂੰ ਬਿਲਕੁਲ ਇਦਾਂ ਝੜਕ ਤੇ ਫਿਰ ਬਿਲਕੁਲ ਸੈੱਟ ਆ ਜਾਊਗਾ ਇਦਾਂ ਆਵੇ ਠੀਕ ਆ ਇਦਾਂ ਬਾਲ ਬਾਲ ਕੱਢਦੇ ਨੇ ਬਿਲਕੁਲ ਇਦਾਂ ਸੈੱਟ ਕਰਕੇ ਰੱਖ ਲੈਣਾ ਠੀਕ ਆ ਆ ਦੇਖੋ ਮੈਂ ਤੁਹਾਨੂੰ ਸਮਾਰ ਕੇ ਦਿਖਾਉਣੀ ਆ ਆ ਦੇਖੋ ਇਦਾਂ ਬਣ ਕੇ ਇੱਕ ਸ਼ਹਿਰਾ ਬਣ ਕੇ ਆ ਗਿਆ ਠੀਕ ਆ ਆਪਾਂ ਪਤੀ ਇੰਚ ਐਸ ਲੋਟ ਨੂੰ ਰੱਖਣਾ ਸੀ 25 ਇੰਚ ਆਪਾਂ ਨੇ ਰੱਖ ਕੇ ਕਟਿੰਗ ਕਰੀ ਹੈ ਨਾ ਬੁਗ ਬਣਾ ਕੇ ਆਪਾਂ ਹੁਣ ਇਹਦੀ ਕਟਿੰਗ ਕਰੀ ਆ ਤੇ ਆਪਾਂ ਨੇ 30 ਇੰਚ ਰੱਖਣਾ ਸੀਗਾ ਕਿਉਂਕਿ 11 11 ਇੰਚ ਆਪਣੀਆਂ ਮੂਰੀਆਂ 22 ਤੇ 8 ਇੰਚ ਆਪਾਂ ਸੈਂਟਰ ਚ ਰੱਖਣਾ ਸੀ ਆਪਾਂ ਨੂੰ 30 ਇੰਚ ਉਧਰ ਤੋਂ ਲੈ ਕੇ ਇੱਥੇ ਤੱਕ 30 ਇੰਚ ਚਾਹੀਦਾ ਸੀ ਠੀਕ ਆ ਤੇ ਹੁਣ ਆਪਾਂ ਨੇ ਇਹ ਨੂੰ ਮਣਕੇ ਦੇਖਦੇ ਆ 25 ਇੰਚ ਰੱਖਿਆ ਸੀ ਹੁਣ ਆਪਣਾ ਇਹ ਕਿੰਨਾ ਬਣ ਕੇ ਆਇਆ ਵਾ ਹਰੇ ਇੱਥੋਂ ਤੇ ਲੈ ਕੇ ਆਦੇ ਇੱਥੋਂ ਤੇ ਲੈ ਕੇ ਮੈਨੋ ਇਹਨੂੰ ਇੱਥੋਂ ਤੇ ਰੱਖ ਲਿਆ ਆਪਾਂ ਨੇ ਆਹ ਦੇਖੋ ਇਦਾਂ ਰੱਖ ਕੇ ਆਹ ਦੇਖੋ 30 ਇੰਚ ਆਦੇ ਨੂੰ ਦੋਨੇ ਹੱਥਾਂ ਨਾਲ ਬਿਲਕੁਲ ਸੈੱਟ ਕਰ ਲਓ ਪਹਿਲਾਂ ਇਦਾਂ ਕਸ਼ਹਰੇ ਨੂੰ ਆਹ ਦੇਖੋ ਇੱਥੋਂ ਦੇ ਨੀਚੋਂ ਤੇ ਧਰ ਕੇ ਦੇਖ ਲਓ ਇੱਥੋਂ ਤੇ ਆਹ ਦੇਖੋ ਇਦਾਂ ਰੱਖ ਕੇ ਇਹ ਆਪਣਾ ਪੂਰਾ 30 ਇੰਚ ਆ ਗਿਆ ਆ ਦੇਖੋ ਦੇਖੋ ਇਧਰ 30 ਇੰਚ ਆ ਗਿਆ ਨਾ ਆਪਣਾ ਇਧਰ ਨੂੰ ਤੇ ਇੱਥੋਂ ਵੀ ਮਣ ਕੇ ਦੇਖ ਲਓ ਚਾਹੀ ਆ ਦੇਖੋ ਇਧਰੋਂ 30 ਇੰਚ ਲਾ ਲਓ ਇੱਥੋਂ ਲਾ ਲਿਆ ਆ ਦੇਖੋ ਪੂਰਾ ਆਪਣਾ ਹੁਣ 25 ਇੰਚ ਦੀ ਕਟਿੰਗ ਕਰੀ ਆ ਇਹ ਇੱਥੋਂ ਤੇ ਲੈ ਕੇ ਆਪਣਾ ਪੂਰਾ 30 ਇੰਚ ਆ ਗਿਆ ਠੀਕ ਆ ਇਸ ਲਈ ਆਪਾਂ ਜਿੰਨੀ ਇੱਧਰ ਨੂੰ ਆਪਾਂ ਲੰਬਾਈ ਆਪਾਂ ਨੂੰ ਚਾਹੀਦੀ ਆ ਇੱਧਰ ਨੂੰ ਠੀਕ ਆ ਉਹ ਆਪਾਂ 5 ਇੰਚ ਘੱਟ ਰੱਖ ਲੈਣੀ ਆ ਠੀਕ ਆ ਜਦੋਂ ਆਪਾਂ ਵੱਡੇ ਨਾਪ ਰੱਖਾਂਗੇ ਮੰਨ ਲਓ ਵੀ 38 38 ਇੰਚ ਇੱਧਰ ਨੂੰ ਰੱਖਣੀ ਆ 36 ਇੰਚ 38 ਇੰਚ ਰੱਖਣੀ ਆ ਫੇਰ ਇਹ 4 ਇੰਚ ਵੀ 4 ਕ ਇੰਚ ਵੀ ਵੱਧ ਸਕਦਾ ਵਾ ਤੇ ਹੁਣ ਆਪਾਂ ਜਿਹੜੀ ਇੱਧਰ ਨੂੰ ਜਿੰਨੀ ਰੱਖਣੀ ਆ ਆਪਾਂ ਨੇ ਹੁਣ ਇਧਰ ਨੂੰ ਮੈਂ ਤੁਹਾਨੂੰ ਇਹੀ ਦੱਸਿਆ ਵੀ ਜਿਹੜਾ ਆਪਾਂ ਇਦਾਂ ਫੋਲਡ ਕਰਕੇ ਆ ਜਿਹੜਾ ਕਸ਼ੇਰਿਆਂ ਵਾਲਾ ਕੱਪੜਾ ਹੁੰਦਾ ਫੋਲਡ ਕਰਕੇ 17 ਇੰਚ ਇਧਰ ਨੂੰ ਉਹਦੀ ਲੰਬਾਈ ਇਧਰ ਨੂੰ ਪਣਾ ਬਣਦਾ ਹੁੰਦਾ 17 ਇੰਚ ਪੂਰੇ ਦਾ ਪੂਰਾ ਕੰਨੀ ਤੋਂ ਕੰਨੀ ਤੱਕ 34 ਇੰਚ ਹੁੰਦਾ ਤੇ 17 18 ਇੰਚ ਹੀ ਪਣਾ ਫੋਲਡ ਕਰਿਆ ਹੋਇਆ ਇਹਦਾ ਕਸ਼ੇਰਿਆਂ ਵਾਲੇ ਕੱਪੜੇ ਦਾ ਹੁੰਦਾ ਠੀਕ ਆ ਤੇ ਉਹਦੇ ਵਿੱਚੋਂ ਬੱਚਿਆਂ ਦਾ ਤੇ ਬੀਬੀਆਂ ਦਾ ਬਣ ਸਕਦਾ ਉਸ ਲੋਟ ਫੋਲਡ ਕਰਕੇ ਤੇ ਜੇਕਰ ਭਾਈਆਂ ਦਾ ਬਣਾਉਣਾ ਉਹ ਆਪਾਂ ਦੂਜੇ ਲੋਟ ਫੋਲਡ ਕਰਨਾ ਵਾ ਉਹਨੂੰ ਠੀਕ ਆ ਉਹ ਮੈਂ ਭਾਈਆਂ ਵਾਲੇ ਕਸ਼ਰੇ ਦਾ ਫਿਰ ਮੈਂ ਅਗਲੀ ਵੀਡੀਓ ਚ ਦੱਸੂਗੀ ਇਹ ਵੇਲਾ ਕਿਹੜੀ ਲੰਬਾਈ ਕਹਿਨੀ ਆ ਮੈਂ ਇੱਧਰ ਦੇਖੋ ਅੱਧਾ ਕੈਂਚ ਦਾ ਪਰ ਜਦੋਂ ਮੂਰੀਆਂ ਦਾ ਮੋੜ ਦੇ ਵਿੱਚ ਨਾ ਅੱਦੇ ਤੋਂ ਥੋੜੇ ਕੱਦਾ ਪੁਆਇੰਟ ਘੱਟ ਇੱਥੋਂ ਏਦਾਂ ਮੂਰੀਆਂ ਚ ਆ ਜਾਂਦਾ ਹੁੰਦਾ ਇੰਨਾ ਕੁ ਠੀਕ ਆ ਤੇ ਆਪਾਂ ਅੱਧਾ ਕੈਂਚਾ ਖੱਦਨੇ ਇੱਧਰ ਅੱਦੇ ਤੋਂ ਥੋੜਾ ਜਿਹਾ ਘੱਟ ਰੱਖ ਕੇ ਤੇ ਆਪਾਂ ਹੁਣ ਇੱਧਰ ਨੂੰ ਕਿੰਨੀ ਰੱਖਣੀ ਆ ਲੰਬਾਈ ਰੱਖਣੀ ਆ ਕਿੰਨੀ ਰੱਖਣੀ ਆ ਜੇ ਬੀਬੀਆਂ ਨੇ ਰੱਖਣੀ ਆ 11 ਇੰਚ ਹੀ ਰੱਖ ਦਿਆ ਨੇ ਤੇ 10 ਇੰਚ ਬੱਚਿਆਂ ਦੀ ਰੱਖਣੀ ਆ 10 ਇੰਚ ਰੱਖ ਲਓ ਇੱਧਰ ਨੂੰ ਜਿੰਨੀ ਹੁਣ ਆਪਾਂ ਨੂੰ ਚਾਹੀਦੀ ਆ ਠੀਕ ਆ ਤੇ ਹੁਣ ਆਪਾਂ ਇੱਧਰ ਜੇ ਆਪਾਂ ਪੂਰੀ ਦੀ ਪੂਰੀ ਆਪਾਂ ਉੱਤੋਂ ਨਾ ਕਟਿੰਗ ਕਰੀਏ ਪੂਰੀ ਦਾ ਪੂਰਾ ਹੀ ਰੱਖੀਏ 13 ਇੰਚ ਬਣਦਾ ਵਾ ਠੀਕ ਆ ਸਾਰਾ ਆ 13 ਇੰਚ ਬਣ ਕੇ ਨਿਕਲ ਕੇ ਆਇਆ ਇਹਦੇ ਚੋਂ ਆਪਾਂ 2 ਕੈਂਚ ਦਾ ਨੇਫਾ ਮੋੜ ਦੇਣਾ 2 ਕੈਂਚ ਦਾ ਨੇਫਾ ਮੁੜ ਜਾਊਗਾ ਤੇ ਇਹ ਆਪਣੀ ਸਾਰੀ ਲੰਬਾਈ ਇੱਕ 11 ਇੰਚ ਆਪਣਾ ਇਸ ਲੋਟ ਨੂੰ ਬਣਾਉਂਗਾ ਠੀਕ ਆ ਫੋਲਡ ਕਰਿਆ ਹੋਇਆ ਕਪੜਾ ਜਿਵੇਂ ਆਪਾਂ ਮੈਂ ਦੱਸਿਆ ਵਾ ਤੁਹਾਨੂੰ ਪਹਿਲਾਂ ਆਪਾਂ ਫੋਲਡ ਕਰਕੇ ਬਣਾਇਆ ਇਸ ਇਸ ਉਸ ਹਿਸਾਬ ਨਾਲ ਆਪਣਾ ਇਧਰ ਨੂੰ 11 ਇੰਚ ਇਧਰ ਨੂੰ ਲੰਬਾਈ ਬਣ ਜੂਗੀ ਠੀਕ ਆ ਬੀਬੀਆਂ ਦਾ ਬਣਾਉਣਾ ਬੱਚਿਆਂ ਦਾ ਬਣਾਉਣਾ ਤਾਂ 11 ਇੰਚ ਬਣ ਜੂਗੀ ਤੇ ਜੇਕਰ ਆਪਾਂ ਹੁਣ ਹੋਰ ਘੱਟ ਕਟਿੰਗ ਕਰਨੀ ਹੈ ਵੀ ਜ਼ਿਆਦਾ ਵਾਹੀ ਆਪਾਂ ਇਸ ਤੋਂ ਵੀ ਘੱਟ ਰੱਖਣਾ 10 ਇੰਚ ਰੱਖਣੀ ਆ ਤਾਂ ਆਪਾਂ ਫਿਰ ਇੱਥੋਂ ਇਹਨੂੰ ਕੀ ਕਰਨਾ ਵਾ ਇਦਾਂ ਕੱਪੜੇ ਨੂੰ ਇਹਨੂੰ ਕਸ਼ਹਿਰੇ ਨੂੰ ਆਪਾਂ ਫੋਲਡ ਕਰ ਲੈਣਾ ਆਹ ਵਾਲੀ ਚੀਜ਼ ਨੂੰ ਇਦਾਂ ਨਾਲ ਮਲਾ ਕੇ ਬਿਲਕੁਲ ਇਦਾਂ ਪੂਰਾ ਸੈੱਟ ਕਰਕੇ ਰੱਖ ਕੇ ਆਹ ਫੋਲਡ ਸਾਈਡ ਦਾ ਇੱਧਰ ਰੱਖਣੀ ਆ ਠੀਕ ਆ ਆਹ ਜਿਹੜੀ ਹੁਣ ਆਪਣੀ ਆਹ ਵਾਲੀ ਇੱਧਰ ਆਈ ਮਲਾਈ ਆ ਇਹਦੇ ਤੋਂ ਜਿੰਨੀ ਤੁਸੀਂ ਇੱਥੋਂ ਕੁ ਲੰਬਾਈ ਰੱਖਣੀ ਚਾਹੁੰਦੇ ਹੋ 9 ਇੰਚ ਰੱਖਣੀ ਚਾਹੁੰਦੇ ਹੋ ਤਾਂ ਇੱਥੋਂ ਤੇ ਅੱਧਾ ਇੰਚ ਮੂਰੀ ਦਾ ਛੱਡ ਕੇ ਉਨੀ ਆਪਣੀ ਲੰਬਾਈ ਲਾ ਕੇ ਤੇ 2 ਸਵਾ 2 ਇੰਚ ਆਪ ਦਾ ਨੇਫੇ ਦਾ ਲਾ ਕੇ ਇਸ ਤੋਂ ਅੱਗੇ ਆਪਦੀ ਇਦਾਂ ਕਾਟ ਪਾ ਸਕਦੇ ਹਾਂ ਇੱਧਰ ਨੂੰ ਇਹਦੇ ਤੱਕ ਇਹਦੇ ਝੋਲੀ ਤੱਕ ਠੀਕ ਆ ਇੱਥੋਂ ਪਾ ਸਕਦੇ ਹਾਂ ਇਹ ਲੱਤ ਤੇ ਨੂੰ ਆਉਣ ਵਾਲੀ ਲੰਬਾਈ ਆ ਆਹ ਵਾਲੀ ਆਪਣੀ ਆਉਣੀ ਆ ਝੋਲੀ ਠੀਕ ਆ ਤੇ ਕੋਈ ਬੀਬੀ ਹੁੰਦੀ ਨੇ ਕਹਿੰਦੀ ਨੇ ਵੀ ਆ ਲੱਤ ਤੇ ਨੂੰ ਜ਼ਿਆਦਾ ਲੰਬਾਈ ਜੀ ਨਾ ਹੋਵੇ ਤਾਂ ਫਿਰ ਉਹਨਾਂ ਦੀ ਫਿਰ ਮੈਂ ਇੱਥੋਂ ਇਦਾਂ 1.5 ਇੰਚ ਦੀ ਕਾਟ ਪਾ ਦੇਣੀ ਹੁੰਦੀ ਆ ਇਥੋਂ 1.5 ਇੰਚ ਤੇ ਇੱਥੇ ਨਿਸ਼ਾਨੀ ਲਾ ਕੇ ਇਧਰਲੀ ਸਾਈਡ ਤੋਂ ਆਹ ਲੱਤ ਤੇ ਨੂੰ ਆਉਣੀ ਆ ਆ ਚੀਜ਼ ਲੱਤ ਤੇ ਨੂੰ ਆਉਣੀ ਆ ਆ ਚੀਜ਼ ਆਪਣੀ ਝੋਲੀ ਆ ਠੀਕ ਆ ਜੇ ਅਪਾ ਹੁਣ ਸਾਰਾ ਹੀ ਇਥੋਂ ਇੰਨਾ ਕਟਿੰਗ ਕਰਕੇ ਅਪਾ ਛੋਟਾ ਕਰ ਦਾਂਗੇ ਫਿਰ ਆਪਣੀ ਝੋਲੀ ਘਟ ਜੂਗੀ ਆਹ ਵਾਲੀ ਝੋਠੀ ਝੋਲੀ ਘਟ ਜੂਗੀ ਆਪਣੀ ਇਸ ਕਰਕੇ ਅਪਾ ਝੋਲੀ ਨਹੀਂ ਘਟਣ ਦੇਣੀ ਝੋਲੀ ਉਨੀ ਹੀ ਰੱਖਣੀ ਆ ਤੇ ਫਿਰ ਅਪਾ ਇਥੋਂ 1.5 ਇੰਚ ਦੀ ਇਦਾਂ ਨਿਸ਼ਾਨੀ ਲਾ ਕੇ ਤੇ ਇਦਾਂ ਕਰਕੇ ਅਪਾ ਕਾਟ ਪਾ ਦਨੇ ਹੁੰਨੇ ਆ ਆਦੀ ਇਦਾਂ ਆ ਦੇਖੋ ਆ ਲਾਤੀ ਨਾ ਹੈ ਇਦਾਂ ਇਦਾਂ ਸਿੱਧੀ ਉੱਥੇ ਤੱਕ ਨਿਸ਼ਾਨੀ ਲਾ ਕੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਦਿੰਨੇ ਆ। ਫਿਰ ਇੱਥੋਂ ਇੰਨੀ ਦੀ ਕਟਿੰਗ ਹੋ ਜਾਂਦੀ ਆ। ਫਿਰ ਇੰਨਾ ਦੇ ਦਾ ਨੇਫਾ ਮੁਰਕ ਕੇ ਇੱਥੋਂ ਆਹ 9-10 ਇੰਚ ਆਪਣੀ ਆ ਇਧਰੋਂ ਲੱਤ ਦੀ ਲੰਬਾਈ ਰਹਿ ਜਾਂਦੀ ਆ ਠੀਕ ਆ। ਹੁਣ ਆਪਣਾ ਇਹ ਬੱਚਿਆਂ ਦਾ ਵਾ। ਬੱਚਿਆਂ ਦਾ ਆਪਾਂ ਜਿੰਨੀ ਘਿਟੋਲੀ ਰੱਖਣੀ ਆ ਜੇ ਤਾਂ ਜਬ ਜ਼ਿਆਦਾ ਛੋਟਾ ਬੱਚਾ ਪਤਲਾ ਜਾ ਫਿਰ ਤਾਂ ਆਪਾਂ ਇੱਥੋਂ ਇਹ ਹੁਣ ਸਾਰੀ ਸਾਰੀ ਝੋਲੀ ਬਣ ਕੇ ਆਪਣਾ ਇੱਥੋਂ ਤੇ ਲੈ ਕੇ ਇਹੇ ਬਣ ਕੇ ਆਪਣਾ 13 ਇੰਚ ਬਣਦਾ ਨਾ ਉਧਰ ਵੀ ਬਣਦਾ 13 ਇੰਚ ਬਣਿਆ ਮਾ ਆ 13 ਇੰਚ ਬਣਦਾ ਵਾ ਤੇ ਇਹ ਵਾਲਾ ਹੁਣ ਤੇ 13.5 ਇੰਚ ਬਣਦਾ ਇਧਰੋਂ ਝੋਲੀ ਕਰਨੀਓ ਠੀਕ ਆ ਇਧਰੋਂ ਸਿਉਣਾ ਸਿਉਣਾ ਆ ਕੇ ਥੋੜਾ ਜਿਆਦਾ ਪੂਰਾ 13 ਇੰਚ ਬਣਦਾ ਇਧਰੋਂ ਆ ਝੋਲੀ ਚੋਂ ਇੱਥੇ ਕੋਈ ਸਿਉਣਾ ਨਹੀਂ ਹੈਗੀ ਇਸ ਲਈ 13.5 ਬਣਦਾ ਵਾ ਠੀਕ ਆ 13.5 ਝੋਲੀ ਬਣਦੀ ਆ ਆਪਾਂ ਜਿੰਨੀ ਬੱਚੇ ਦੀ ਝੋਲੀ ਰੱਖਣੀ ਆ 12 ਇੰਚ ਰੱਖਣੀ ਆ 12 ਇੰਚ ਰੱਖ ਕੇ ਕਿ ਨਾ ਇੱਥੋਂ ਬਾਕੀ ਨਿਫਾ ਮੁਰ ਜਾਣਾ ਇੰਨਾ ਨੇਫਾ ਮਰ ਜੂਗਾ ਜੇਕਰ ਇਸ ਤੋਂ ਵੀ ਆਪਾਂ ਘੱਟ ਕੇ ਸ਼ਹਿਰਾ ਜ਼ਿਆਦਾ ਝੋਲੀ ਨਹੀਂ ਰੱਖਣੀ ਚਾਹੁੰਦੇ ਹੈਗੇ 11 ਇੰਚ ਰੱਖਣੀ ਆ ਤੇ ਫਿਰ ਆਪਾਂ ਆਪਦੀ ਝੋਲੀ ਦਾ ਰੱਖ ਕੇ ਪੂਰਾ ਤਿਆਰ ਰੱਖ ਕੇ ਫਿਰ ਆਪਾਂ ਆਪਦਾ ਨੇਫੇ ਦਾ ਲਾ ਕੇ 2 2.5 ਇੰਚ ਨੇਫੇ ਦਾ ਲਾ ਕੇ ਜੇ ਬੱਚਿਆਂ ਦੇ ਇਲਾਸਟਿਕ ਪਾਉਣਾ ਕਿ ਭੈਣ ਜੀ ਦਾ ਕਮੈਂਟ ਆਇਆ ਸੀ ਕਹਿੰਦੇ ਵੀ ਇਲਾਸਟਿਕ ਨਹੀਂ ਪੈਂਦਾ ਹੈਗਾ ਕਸ਼ਹਿਰੇ ਵਿੱਚ ਤੇ ਉਹ ਫਿਰ ਜਿਹੜੇ ਛੋਟੇ-ਛੋਟੇ ਬੱਚੇ ਹੁੰਦੇ ਨੇ ਨਾਲਾ ਨਹੀਂ ਕਸਣਾ ਆਉਂਦਾ ਫਿਰ ਉਹਨਾਂ ਦੇ ਇਲਾਸਟਿਕ ਪਾਉਣਾ ਪੈਂਦਾ ਉਹਨਾਂ ਨੂੰ ਨਾਲਾ ਨਹੀਂ ਕਸਣਾ ਆਉਂਦਾ ਹੈਗਾ ਹੁਣ ਜਿਹੜੇ 10 11 12 ਬੱਚੇ ਦੇ ਅੱਜ ਜਿਵੇਂ ਮੇਰਾ ਮੈਂ ਆਪਣੇ ਭਤੀਜੇ ਦੇ ਸਿਉਣੀ ਹੁੰਦੀ ਉਹ ਛੋਟਾ ਜਿਹਾ ਵਾ ਤੇ 11 12 ਸਾਲਾਂ ਦਾ ਤੇ ਉਹਨੂੰ ਨਾਲਾ ਨਹੀਂ ਕਸਣਾ ਆਉਂਦਾ ਹੈਗਾ ਤੇ ਫਿਰ ਇਸ ਕਰਕੇ ਫਿਰ ਮੈਂ ਉਹਨਾਂ ਦੇ ਇਲਾਸਟਿਕ ਪਾ ਦੇਣੇ ਹੁੰਦੀ ਆ ਤੇ ਮੈਨੂੰ ਪਤਾ ਨਹੀਂ ਹੈਗਾ ਵੈਸੇ ਜੇ ਨਹੀਂ ਵੀ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਮੈਂ ਤਾਂ ਵੀ ਉਹਨਾਂ ਨੂੰ ਨਾਲਾ ਨਹੀਂ ਕਸਣਾ ਆਉਂਦਾ ਇਸ ਕਰਕੇ ਇਲਾਸਟਿਕ ਪਾ ਦੇਣੀ ਹੁੰਦੀ ਆ ਤੇ ਹੁਣ ਇੱਥ ਉੱਪਰੋਂ ਹੁਣ ਇੱਥੋਂ ਜਿੰਨੀ ਮਰਜ਼ੀ ਦੀ ਕਟਿੰਗ ਕਰ ਸਕਦੇ ਆਪਾਂ ਜਿੰਨਾ ਨੀਚੋਂ ਰੱਖਣਾ ਤਿਆਰ ਆਪਾਂ ਰੱਖ ਕੇ ਉੱਪਰੋਂ ਉਹਦੀ ਕਟਿੰਗ ਕਰ ਸਕਦੇ ਆਪਾਂ ਇਹ ਆਪਣੇ ਹੁਣ ਹੱਥ 'ਚ ਆਪਾਂ ਇਹਨੂੰ ਕਟਿੰਗ ਕਰ ਸਕਦੇ ਆ ਇਹਨੂੰ ਆਪਾਂ ਵਧਾ ਨਹੀਂ ਸਕਦੇ ਹੋਰ ਇੱਧਰ ਨੂੰ ਠੀਕ ਆ ਜੇਪਾਂ ਲੰਬਾਈ ਵਧਾਉਣੀ ਹੋਵੇ ਵਧਾ ਨਹੀਂ ਸਕਦੇ ਕਟਾ ਤਾ ਆਪਾਂ ਇਹਨੂੰ ਹੁਣ ਸਕਦੇ ਆ ਨੇਫੇ ਦਾ ਰੱਖ ਕੇ ਆਪਦੀ ਜਿੰਨੀ ਕਿ ਲੰਬਾਈ ਰੱਖਣੀ ਆ ਰੱਖ ਲਗਦੇ ਜਿੰਨੀ ਝੋਲੀ ਰੱਖਣੀ ਆ ਝੋਲੀ ਰੱਖ ਸਕਦੇ ਆ ਤੇ ਉੱਪਰੋਂ ਆਪਾਂ ਇਹਦੀ ਕਟਿੰਗ ਕਰ ਸਕਦੇ ਆ ਆਹ ਵਾਲੀ ਚੀਜ਼ ਦੀ ਠੀਕ ਆ ਜਿੰਨੀ ਰੱਖਣੀ ਆ ਤੇ ਜੇ ਹੁਣ ਆਪਾਂ ਵਧਾਉਣੀ ਲੰਬੀ ਫੇਰ ਅਪ ਦੂਜਾ ਮੈਂ ਪਾਈਆਂ ਦੀ ਵੀਡੀਓ ਬਣਾਉਂ ਕੇ ਜਾਈ ਰਹੀ ਆਂਦੀ ਤੇ ਫੇਰ ਉਹਦੇ ਵਿੱਚ ਮੈਂ ਤੁਹਾਨੂੰ ਦੱਸੂ ਕੱਪੜਾ ਕਿੱਦਾਂ ਫੋਲਡ ਕਰਨਾ ਉਹ ਦੂਜੇ ਲੋਟ ਕੋ ਫੋਲਡ ਕਰਨਾ ਠੀਕ ਆ ਇਹਦੇ ਤੱਕ ਹੋ ਗਿਆ ਹੁਣ ਆਪਾਂ ਸੈਂਟਰ ਦੇ ਵਿੱਚੋਂ 8 ਇੰਚ ਰੱਖਿਆ ਸੀ ਨਾ ਹੁਣ ਆਹ ਚੀਜ਼ ਆ ਜਿਹੜੀ ਇਧਰੋਂ ਫੋਲਡ ਸਾਈਡ ਇਹ ਸੈਂਟਰ ਆ ਆ ਇਧਰਲੀ ਸਾਈਡ ਤੋਂ ਆਪਣੀਆਂ ਮੂਰੀਆਂ ਨਿਕਲਣੀਆਂ ਇੱਥੋਂ ਆ ਦੋਨੇ ਆਹ ਦੋਨੇ ਮੂਰੀਆਂ ਆ ਜਾਣਗੀਆਂ ਆਹ ਸੈਂਟਰ ਹੋ ਜਾਊਗਾ ਠੀਕ ਆ ਹੁਣ ਆਪਾਂ 4 ਇੰਚ ਦੇ ਉੱਤੇ ਆਹ ਸੈਂਟਰ ਕਰ ਲੈਣਾ ਆ ਦੇਖੋ 4 ਇੰਚ ਦੇ ਉੱਤੇ ਸੈਂਟਰ ਕਰਤਾ ਇਹ ਆਪਣਾ 8 ਇੰਚ ਸੈਂਟਰ ਰਹਿ ਜਾਊਗਾ ਵਿਚਕਾਰੋਂ ਠੀਕ ਆ ਤੇ ਆਪਾਂ ਹੁਣ ਰੱਖੀ ਐ ਇਸ ਤੋਂ ਅੱਗੇ 11 ਇੰਚ ਆਪਣੀ ਮੂਰੀ ਰੱਖੀ ਆ ਹੁਣ ਆਪਾਂ ਦੀ 11 ਇੰਚ ਮੂਰੀ ਕਰ ਲੈਣੀ ਆ ਇੱਥੋਂ ਤੇ ਲਾ ਕੇ ਆਹ ਦੇਖੋ 11 ਇੰਚ ਆਪਣੀ ਮੂਰੀ ਬਣ ਜੂਗੀ ਆ ਦੇਖੋ ਇੱਥੋਂ ਤੇ ਲੈ ਕੇ ਆਪਣੀ ਆ 11 ਇੰਚ ਇੱਥੇ ਤੱਕ ਆਪਣੀ ਆ ਮੂਰੀ ਬਣ ਗਈ ਆ ਠੀਕ ਆ ਤੇ ਇਹ ਹੁਣ ਆਪਾਂ ਇਹਦੀ ਕਟਿੰਗ ਕਰਨੀ ਆ ਮੂਰੀਆਂ ਦੀ ਇੱਥੋਂ ਆ ਮੈਂ ਤੁਹਾਨੂੰ ਕਟਿੰਗ ਵੀ ਕਰਕੇ ਦਾਸੀ ਦੰਨੀ ਆ ਆ ਦੇਖੋ ਆ ਇੱਥੋਂ ਫੋਲਡ ਸਾਈਡ ਇੱਥੋਂ ਆਪਾਂ ਦੀ ਰੱਖ ਲੈਣੀ ਆ ਇੱਥੋਂ ਤੇ ਇਧਰ ਨੂੰ ਆਪਾਂ ਆ ਦੋਨਾਂ ਮੂਰੀਆਂ ਦੀ ਅਲੈਦਾ ਅਲੈਦਾ ਕਟਿੰਗ ਕਰ ਦੇਣੀ ਆ ਇਹ ਹੁਣ ਆਪਾਂ ਜਿੱਦੋਂ ਕਟਿੰਗ ਕਰਨੀ ਆ ਇੱਥੋਂ ਤੇ ਇਧਰਲੀ ਸਾਈਡ ਤੋਂ ਆਪਾਂ ਕਟਿੰਗ ਕਰਾਂਗੇ ਆ ਦੇਖੋ ਆ ਇਧਰਲੀ ਸਾਈਡ ਤੋਂ ਜਿਹੜੀ ਇਧਰਲੇ ਪਾਸੇ ਆਪਣਾ ਫੋਲਡ ਕਰ ਰਹੇ ਹਨ ਆ ਇਧਰਲੀ ਸਾਈਡ ਫੋਲਡ ਝੋਲੀ ਵਾਲੀ ਸਾਈਡ ਤੇ ਇਧਰੋਂ ਆਪਾਂ ਨੇ ਇਦਾਂ ਪਹਿਲਾਂ ਇੱਦਾਂ ਫੜਕੇ ਇੱਦਾਂ ਕੈਂਚੀ ਨਾਲ ਪਹਿਲਾਂ ਇੱਥੇ ਇੰਨਾ ਕੁ ਕੱਟ ਲਾ ਲੈਣਾ ਲਾ ਕੇ ਫੇਰ ਆਪਾਂ ਹੁਣ ਇਹਦੀ ਕਟਿੰਗ ਕਰਦੇ ਆਂ ਆ ਦੇਖੋ ਇਤਰੋਂ ਆਪਾਂ ਨੇ ਹੁਣ ਆਹ ਮੂਰੀਆਂ ਦੀ 11 11 ਇੰਚ ਕਟਿੰਗ ਕਰਤੀ ਆ ਸੈਂਟਰ ਦੇ ਵਿੱਚੋਂ ਆਪਣਾ ਫੋਲਡਰ ਰਹਿ ਗਿਆ ਠੀਕ ਆ ਤੇ ਦੀ ਦਾ ਕਮੈਂਟ ਆਇਆ ਸੀ ਕਿ ਮੂਰੀਆਂ ਦੀ ਬੜੀ ਕੋਸ਼ਿਸ਼ ਕੀਤੀ ਪਰ ਬਣੀਆਂ ਨਹੀਂ ਮੈਂ ਹੁਣ ਇਹ ਮੂਰੀਆਂ ਪੂਰੀ ਕੋਸ਼ਿਸ਼ ਕਰੂੰ ਕਿ ਤੁਹਾਨੂੰ ਪੂਰੀ ਸਮਝ ਆ ਜਾਵੇ ਤੁਹਾਨੂੰ ਸਮਝਾ ਕੇ ਹੀ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਤੁਹਾਨੂੰ ਸਮਝਾ ਕੇ ਹੀ ਹਟਾ ਚਾਹੇ ਜਿੰਨੀ ਮੈਨੂੰ ਮਰਜ਼ੀ ਵੀਡੀਓ ਬਣਾਉਣੀਆਂ ਪੈ ਜਾਣ ਮੈਨੂੰ ਦੱਸ ਦਿਓ ਕਿ ਸਮਝ ਆਈ ਆ ਕਿ ਨਹੀਂ ਆਈ ਮੈਂ ਇਹਦੀ ਚੰਗੀ ਤਰ੍ਹਾਂ ਜਿੱਦਾਂ ਆਪਾਂ ਬਿਲਕੁਲ ਸਟਾਰਟਿੰਗ ਤੋਂ ਕਿੱਦਾਂ-ਕਿੱਦਾਂ ਆਪਾਂ ਲਾ ਸਕਦੇ ਆਂ ਮੂਰੀਆਂ ਮੈਂ ਤੁਹਾਨੂੰ ਓਵੇਂ-ਓਵੇਂ ਨਾਲੋ-ਨਾਲ ਮੇਰੇ ਲਾਇਓ ਓਵੇਂ-ਓਵੇਂ ਦੱਸੂਗੀ ਠੀਕ ਆ ਓਵੇਂ ਦੂਜੇ ਲੋੜੀ ਦੱਸੀਆਂ ਹੋਈਆਂ ਸੀ ਬਿਲਕੁਲ ਅਣਜਾਣਾਂ ਦੇ ਵਾਂਗ ਜਿਵੇਂ ਕੋਈ ਕਿਸੇ ਤਾਂ ਆਪਾਂ ਲਵਾਉਣੀ ਆ ਹੁਣ ਉਦਾਂ ਮੈਂ ਕੱਲਾ-ਕੱਲਾ ਸਟੈਪ ਕਰਕੇ ਮੈਂ ਤੁਹਾਨੂੰ ਹੁਣ ਉਹ ਵੀਡੀਓ ਬਣਾਉਂਗੀ ਤੁਸੀਂ ਮੂਰੀਆਂ ਜ਼ਰੂਰ ਬਣਾ ਸਕੋਗੇ ਤੇ ਮੈਂ ਉਸ ਹਿਸਾਬ ਨਾਲ ਹੁਣ ਮੂਰੀਆਂ ਬਣਾਉਂਗੀ ਬਿਲਕੁਲ ਕੱਲੀ-ਕੱਲੀ ਚੀਜ਼ ਦੱਸ ਕੇ ਵੀ ਕਿੱਦਾਂ-ਕਿੱਦਾਂ ਕਰਨਾ ਜਦੋਂ ਆਉਣ ਲੱਗੀਆਂ ਫੇਰ ਤਾਂ ਆਪਾਂ ਦੂਜੇ ਨੂੰ ਸਿੱਧੀਆਂ ਧਰ ਲਿਆ ਕਰਨੀਆਂ ਨੇ ਠੀਕ ਹੈ ਤੇ ਹੁਣ ਆ ਦੇਖੋ ਹੁਣ ਆਪਾਂ ਜੇ ਹੁਣ ਇੱਥੇ ਜੇ ਬੱਚਿਆਂ ਦਾ ਬਣਾਉਨੇ ਆ ਛੋਟਿਆਂ ਦਾ ਇਲਾਸਟਿਕ ਪਾਉਣਾ ਹੋਇਆ ਤਾਂ ਫਿਰ ਤੁਸੀਂ ਇੱਥੋਂ ਇਦਾਂ ਹੀ ਬਿਨਾਂ ਹੀ ਉਹਦਾ ਨੇਫਾ ਬਣਾਉਣ ਤੋਂ ਇਲਾਸਟਿਕ ਪੈ ਜਾਂਦਾ ਹੁੰਦਾ ਤੇ ਮੈਨੂੰ ਬਰ ਪਤਾ ਨਹੀਂ ਹੈਗਾ ਵੀ ਇਲਾਸਟਿਕ ਪਾਉਣਾ ਚਾਹੀਦਾ ਕਿ ਨਹੀਂ ਪਰ ਉਹਨਾਂ ਜਿਹੜੇ ਬੱਚਿਆਂ ਨੂੰ ਨਾਲਾ ਨਹੀਂ ਕਸਣਾ ਹੁੰਦਾ ਉਹਨਾਂ ਦੇ ਵਿੱਚ ਇਲਾਸਟਿਕ ਪਾ ਦੇਣੀ ਹੁੰਦੀ ਹੈ ਠੀਕ ਹੈ ਤੇ ਹੁਣ ਆ ਇੱਥੋਂ ਆ ਚੀਜ਼ ਇਦਾਂ ਫੋਲਡ ਕਰਕੇ ਇੱਥੋਂ 2 ਇੰਚ ਇਦਾਂ ਇੱਥੋਂ ਇਹਦੀ ਕਟਿੰਗ ਕਰਕੇ ਫਿਰ ਆਪਾਂ ਇਹਦੀ ਚਿੜੀ ਬਣਾ ਕੇ ਇਹਦਾ ਨੇਫਾ 모ੜਾਂਗੇ ਨੇਫਾ 모ੜਨ ਦੀ ਵੀ ਮੈਂ ਵੀਡੀਓ ਬਣਾਉਂਗੀ ਮੇਰੀ ਬਣਾਈ ਵੀ ਹੋਈ ਹੈ ਨੇਫਾ 모ੜਨ ਦੀ ਤੇ ਮੂਰੀਆਂ ਦਾ ਮੈਂ ਕੱਲਾ ਕੱਲਾ ਸਟੈਪ ਕਿਦਾਂ-ਕਿਦਾਂ ਬਣਾਉਣੀਆਂ ਨੇ ਉਹ ਮੈਂ ਸਪੈਸ਼ਲ ਕੱਲੀਆਂ ਮੂਰੀਆਂ ਦੀ ਵੀਡੀਓ ਬਣਾਉਂਗੀ ਤੇ ਹਾਂਜੀ ਆ ਦੇਖੋ ਇਦਾਂ ਆਪਣਾ ਕਸ਼ਹਿਰਾ ਬਣ ਗਿਆ ਆ ਸੈਂਟਰ ਚੋਂ ਆਪਣਾ 8 ਇੰਚ ਬਚ ਗਿਆ ਆ ਮੂਰੀਆਂ ਨਿਕਲਈਆਂ ਠੀਕ ਆ ਤੇ ਹਾਂਜੀ ਇਹ ਵੀਡੀਓ ਦੀ ਸਮਝ ਆਈ ਆ ਜਾਂ ਨਹੀਂ ਇਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਨਹੀਂ ਵੀ ਆਈ ਮੈਂ ਹੋਰ ਕੋਸ਼ਿਸ਼ ਕਰੂੰ ਮੈਨੂੰ ਐਦਾਂ ਦੱਸ ਦਿਓ ਅਗਰ ਵੀ ਇੱਥੋਂ ਕੁ ਸਮਝ ਨਹੀਂ ਆਈ ਫਿਰ ਮੈਂ ਉਸੇ ਪੁਆਇੰਟ ਤੇ ਜ਼ਿਆਦਾ ਡੀਪਲੀ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਤੇ ਹਾਂਜੀ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਜਰੂਰ ਕਰ ਦਿਓ ਜੇਕਰ ਪਸੰਦ ਆਈ ਹਾਂਜੀ ਧੰਨਵਾਦ ਜੀ